ਚੰਨੀ ਸਿੰਘ ਬਰਾੜ ਸਾਡੇ ਨਾਲ ਨੇ ਪ੍ਰਧਾਨ ਸਾਹਿਬ ਖੁੱਲੀ ਚਿੱਠੀ ਤੁਸੀਂ ਲਿਖ ਦਿੱਤੀ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਬੜੇ ਖਾਸ ਮੰਨੇ ਜਾਂਦੇ ਸੀ ਤੁਸੀਂ ਪੋਲੀਟੀਕਲ ਸੈਕਟਰੀ ਸੀ ਉਹਨਾਂ ਦੇ ਸਿਆਸੀ ਸਕੱਤਰ ਇਹ ਖੁੱਲੀ ਚਿੱਠੀ ਲਿਖੀ ਤੇ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਸੀ ਤੁਸੀਂ ਇਹ ਸੁਨੇਹਾ ਡਾਇਰੈਕਟਲੀ ਦੇ ਸਕਦੇ ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੀ ਉਹ ਸੁਣ ਲੈਂਦੇ ਡਾਕਟਰ ਸਾਹਿਬ ਸੀ ਨਹੀਂ ਹਲੇ ਤੱਕ ਤਾਂ ਹੈਗਾ ਨਾ ਤਾਂ ਮੈਨੂੰ ਕੋਈ ਪਾਰਟੀ ਚੋਂ ਕੱਢਣ ਦਾ ਆਰਡਰ ਮਿਲਿਆ ਤੇ ਨਾ ਮੈਨੂੰ ਸਿਆਸੀ ਸਿਕੱਤਰ ਹਟਾਉਣ ਦਾ ਮਿਲਿਆ ਹਾਂ ਮਤਲਬ ਉਹਨਾਂ ਹੋਛੇ ਸਲਾਹਕਾਰਾਂ ਦੀ ਇੱਕ ਹੋਛਾ ਬਣ ਤਖਤੀ ਜਿਹੜੀ ਬੇਜਾਨ ਸੀ ਉਹਨੂੰ ਤੋੜਨ ਦਾ ਜਰੂਰ ਸਾਹਮਣੇ ਆਇਆ ਇਸ ਕਰਕੇ ਚਲੋ ਖਰੇ ਸਲਾਹ ਦੇਣ ਦੀ ਗੱਲ ਤੁਸੀਂ ਕੀਤੀ ਹੈ ਮੈਂ ਇੱਕ ਗੱਲ ਕਹਾਂ ਕਿ ਮੈਂ ਚਿੱਠੀ 'ਚ ਵੀ ਖੁਦ ਲਿਖਿਆ ਕਿ ਪਿਛਲੇ 7 ਦਿਨ ਕੋਸ਼ਿਸ਼ ਕੀਤੀ ਤਾਂ 7 ਦਿਨਾਂ ਦੇ ਵਿੱਚ ਮੈਨੂੰ ਟਾਈਮ ਦੇਣ ਦੀ ਬਜਾਏ 3 ਦਿਨ ਇੱਕ ਜਿਹਨੇ ਬੇੜਾਗਰਕ ਪਾਰਟੀ ਦਾ ਕੀਤਾ ਬੰਟੀ ਰੁਮਾਣਾ ਨੇ ਉਹਦੇ ਘਰ ਤਾਂ ਬੈਠਿਆ ਜਾ ਸਕਦਾ ਔਰ ਕਿਸੇ ਵੀ ਲੀਡਰ ਨੂੰ ਮਿਲਿਆ ਨਹੀਂ ਜਾ ਸਕਦਾ ਔਰ ਮੈਥੋਂ ਵੀ ਮਿਲਿਆ ਨਹੀਂ ਜਾ ਸਕਦਾ ਪਾਰਟੀ ਦੇ ਕੋਰ ਕਮੇਟੀ ਦੇ ਸਨੇਹ ਮੈਥੋਂ ਲਵਾਏ ਜਾ ਰਹੇ ਆ ਔਰ ਪਾਰਟੀ ਦੀਆਂ ਜਿਹੜੀਆਂ ਮੀਟਿੰਗਾਂ ਲੋਕ ਸਭਾ ਹਲਕਾ ਵਾਈਟ ਉਹ ਵੀ ਮੈਥੋਂ ਤਿਆਰ ਕਰਵਾਈਆਂ ਜਾ ਰਹੀਆਂ ਜਾਂ ਸਨੇਹ ਲਵਾਏ ਜਾ ਰਹੇ ਆ ਪਰ ਪਾਰਟੀ ਜੇ ਪਾਰਟੀ ਦੇ ਮੈ ਉਹਨਾਂ ਨੂੰ ਪਤਾ ਸੀ ਕਿ ਇਹ ਸੁਝਾ ਦੇਣਾ ਚਾਹੁੰਦਾ ਜੇ ਪਹਿਲਾਂ ਵੀ بڑے ਪਲੇਟਫਾਰਮਾਂ ਤੇ ਜਾਂ ਬੜੇ ਬਾਰੀ ਗੱਲ ਕਰ ਚੁੱਕਿਆ ਤੇ ਇਹਨੇ ਫੇਰ ਇਹੀ ਗੱਲ ਕਰਨੀ ਹੈ ਕਿ ਸਾਨੂੰ ਕੁਛ ਨਾ ਕੁਛ ਕਰਨਾ ਪਏਗਾ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕੋਰ ਕਮੇਟੀ ਦੀ ਮੀਟਿੰਗ ਸੀ ਉਸ ਦਿਨ ਉਸੇ ਦਿਨ ਤੁਸੀਂ ਇਹ ਚਿੱਠੀ ਜਾਰੀ ਕੀਤੀ ਹੈ ਔਰ ਉਸੇ ਦਿਨ ਤੁਸੀਂ ਕਹਿੰਦੇ ਕਿ ਉਸੇ ਮੀਟਿੰਗ ਦੇ ਸਨੇਹ ਤੁਸੀਂ ਖੁਦ ਹੀ ਲਾਏ ਸੀ ਉਸ ਮੀਟਿੰਗ ਦੇ ਸਨੇਹ ਮੈਂ ਖੁਦ ਲਾਏ ਸੀ ਔਰ ਇਹ ਵੀ ਪੁੱਛਿਆ ਜਾ ਰਿਹਾ ਸੀ ਕਿ ਕਿਹੜਾ ਮੈਂਬਰ ਕੀ ਬੋਲਿਆ ਕੀ ਮਾਹੌਲ ਹੈ ਕੀ ਫਲਾਨਾ ਕਿਉਂਕਿ ਕੋਈ ਇਹ ਥੋੜੀ ਹੋ ਸਕਦਾ ਹੈ ਕਿ ਪਰ ਇੱਕ ਅਤਤ ਦਾ ਤੇ ਕਹਿੰਦੇ ਹੁੰਦੇ ਆ ਅੰਤ ਦਾ ਮਤਲਬ ਬੜਾ ਵੈਰ ਹੁੰਦਾ ਹੈ ਜੋ ਤੋ ਤੁਸੀਂ ਆਪਦੇ ਪੋਲੀਟੀਕਲ ਸੈਕਟਰੀ ਨੂੰ ਨਹੀਂ ਮਿਲ ਸਕਦੇ ਤੁਸੀਂ ਯਾਰ ਉਹ ਤੋਂ ਕੀ ਡਰ ਰਹਾ ਥੋਨੂੰ ਮਤਲਬ ਇੱਕ ਗੱਲ ਸਮਝੋ ਨਾ ਤੁਸੀਂ ਡਰਤੋਂ ਕੋਈ ਨਵੇਂ ਤਾਂ ਨਾਲ ਹੈ ਨਹੀਂ ਸੀਗੇ ਤੁਸੀਂ ਸੱਤਾ ਵੀ ਹੰਡਾਈ ਆ ਨਾਲ ਲਗਾਤਾਰ ਨਾਲ ਚੱਲਦੇ ਆਏ ਹੋ ਔਰ ਤੁਹਾਨੂੰ ਖਾਸ ਖਾਸ ਦੇ ਤੌਰ ਤੇ ਦੇਖਿਆ ਜਾਂਦਾ ਰਿਹਾ ਤੁਹਾਡੇ ਰਾਹੀਂ ਤਾਂ ਲੋਕ ਸੁਣਿਆ ਪਛਾਣ ਦੀ ਕੋਸ਼ਿਸ਼ ਕਰਦੇ ਰਿਹਾ ਪਾਰਟੀ ਪ੍ਰਧਾਨ ਤਾਈ ਤੇ ਤੁਸੀਂ ਕਹਿ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀਵਲ ਦੇ ਪ੍ਰਧਾਨ ਨੇ ਉਹ ਆਪਦੇ ਪੋਲੀਟੀਕਲ ਸੈਕਟਰੀ ਦੀ ਗੱਲ ਹੀ ਨਹੀਂ ਸੁਣ ਰਹੇ ਆਪਦੇ ਪੋਲੀਟੀਕਲ ਸੈਕਟਰੀ ਨੂੰ ਸਮਝ ਨਹੀਂ ਦੇ ਰਹੇ ਤੁਸੀਂ ਕਰ ਰਹੇ ਮੈਂ ਮੈਂ ਕਹਾਂ ਕਿ ਕੋਰ ਕਮੇਟੀ ਦੀ ਮੀਟਿੰਗ ਵੀ ਬੁਲਾ ਈਵਨ ਜਦੋਂ ਗੱਲ ਹੋਈ ਤੇ ਫਿਰ ਮੈਨੂੰ ਪੁੱਛਿਆ ਗਿਆ ਕਿ ਕਿਹੜੇ ਕਿਹੜੇ ਲੀਡਰ ਕਹਰੇ ਆ ਕੋਰ ਕਮੇਟੀ ਦੇ ਮੈਂ ਉਹ ਨੌ ਬੰਦਿਆਂ ਦੇ ਨਾਮ ਭੇਜੇ ਵੀ ਇਹ ਕਿਵੇਂ ਹੋ ਸਕਦਾ ਸੀ ਲੋਕ ਕਿਵੇਂ ਸਕਦੇ ਆ ਵੀ ਕੋਰ ਕਮੇਟੀ ਦੀ ਮੀਟਿੰਗ ਨਾ ਬੁਲਾਓ ਕੱਲ ਨੂੰ ਮੈਂ ਕਿਸੇ ਹੋਰ ਦੋ ਕਮ ਕਮੇਟੀ ਦੇ ਮੈਂਬਰਾਂ ਨੇ ਕਿਹਾ ਤਾਂ ਵੀ ਮੀਟਿੰਗ ਬੁਲਾਈ ਆ ਫਿਰ ਕੀ ਹੋਇਆ ਮਨਹਾਰ ਦੇ ਮੰਤਨ ਨੂੰ ਲੈ ਕੇ ਮੀਟਿੰਗ ਨਹੀਂ ਸੀ ਬੁਲਾਈ ਜਾ ਰਹੀ ਮੀਟਿੰਗ ਨਹੀਂ ਸੀ ਬੁਲਾਈ ਜਾ ਰਹੀ ਤੇ ਫਿਰ ਬਕਾਇਦਾ ਨਾਮ ਲੈ ਕੇ ਕਿਹਦਾ ਕਿਹਦਾ ਫੋਨ ਆਇਆ ਫਿਰ ਚਲੋ ਉਸ ਤੋਂ ਬਾਅਦ ਡਿਸੀਜਨ ਹੋਇਆ ਵੀ ਮੀਟਿੰਗ ਬੁਲਾਈ ਜਾਵੇ ਉਹਦੇ ਮੈਸੇਜ ਵੀ ਮੈਂ ਲਾਏ ਪਰ ਇੱਕ ਗੱਲ ਹੈ ਨਾ ਕਿ ਜੇ ਤੁਸੀਂ ਆਪਦੇ ਪੋਲੀਟੀਕਲ ਸੈਕਟਰੀ ਨੂੰ ਟਾਈਮ ਦੇ ਕੇ ਗੱਲ ਹੀ ਨਹੀਂ ਸੁਣਨਾ ਚਾਹੁੰਦੇ ਤੇ ਫਿਰ ਮੇਰੇ ਕੋਲੇ ਕਿਹੜਾ ਪਲੇਟਫਾਰਮ ਬਚਦਾ ਸੀ ਔਰ ਮੈਂ ਤੇ ਦੂਜਾ ਬਰਾੜ ਸਾਹਿਬ ਮੈਂ ਇੱਕ ਬੇਨਤੀ ਕਰਾਂ ਮੈਂ ਬਹੁਤ ਮਨੋਦੁਖੀ ਸੀ ਵਿਅਕਲ ਸੀ ਔਰ ਇੱਥੋਂ ਤੱਕ ਕਿ ਜਦੋਂ ਮੈਂ ਦਫ਼ਤਰੋਂ ਸਵਾ 1 ਵਜੇ ਤਾਂ ਮੈਂ ਦਫ਼ਤਰੋਂ ਉੱਠਿਆ ਗੱਡੀ 'ਚ ਲੈ ਕੇ ਨਿਕਲੋ ਸਾਹਮਣੇ ਠੰਡਲ ਸਾਹਿਬ ਬੈਠੇ ਸਭ ਨੂੰ ਚਾਹ ਪਿਆਈ ਜਾਣਾ ਪਰ ਮਨ ਦੇ ਵਿੱਚ ਇੱਕ ਆਈ ਆਈ ਜਾਵੇ ਵੀ ਯਾਰ ਐਡੀ ਦੁਰਦਸ਼ਕ ਕਿ ਤੈਨੂੰ ਬੁਲਾ ਕੇ ਸੁਣਨ ਨੂੰ ਤਿਆਰ ਨਹੀਂ ਉਹ ਬੰਦਾ ਤਾਂ ਉਸ ਤੋਂ ਬਾਅਦ ਮੈਂ ਉੱਠਿਆ ਉੱਠ ਕੇ ਕੁਰਸੀ ਤੋਂ ਤੇ ਇਹ ਵੇਖਿਆ ਕਰਦੇ ਕਰਦੇ ਗੱਡੀ ਜਿੰਦੂ ਸੜਕ ਤੇ ਚਲਾਈ ਜਾਣਾ ਤੇ ਮੈਨੂੰ ਲੱਗਿਆ ਵੀ ਮੈਂ ਗੁਰਦੁਆਰਾ ਸਾਹਿਬ ਚੱਲਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਬਹਿ ਕੇ 32 35 ਮਿੰਟ ਮੂਲ ਮੰਤਰ ਦਾ ਪਾਠ ਕੀਤਾ ਜਿਸ ਦੇ ਨਾਲ ਥੋੜਾ ਮਨ ਸ਼ਾਂਤ ਹੋਇਆ ਇਹ ਮੈਸੇਜ ਮੈਂ ਲਿਖੀ ਬੈਠਾ ਸੀ ਵੀ ਜੇ ਮੈਨੂੰ ਨਾਮ ਬੁਲਾਇਆ ਤੇ ਮੈਂ ਉਹਨਾਂ ਨੂੰ ਪਰਸਨਲ ਮੈਸੇਜ ਜ਼ਰੂਰ ਭੇਜ ਕੇ ਮੈਂ ਦਫ਼ਤਰ ਛੱਡ ਕੇ ਚਲਾ ਜਾਵਾਂਗਾ ਕਿਉਂਕਿ ਮੈਂ ਕਨਟਕੋਰ ਕਮੇਟੀ ਦਾ ਮੈਂਬਰ ਵੀ ਨਹੀਂ ਇਹ ਵੱਖਰੀ ਗੱਲ ਹੈ ਕਿ 8-10 ਮੈਂਬਰ ਉਹ ਨੇ ਜਾਂ ਮੈਂ ਪਾਰਟੀ 'ਚ ਲਿਆਂਦੇ ਆ ਜਾਂ ਮੈਂ ਪਾਰਟੀ 'ਚ ਖੜੇ ਕੀਤੇ ਕਿਸ ਨਾ ਕਿਸ ਤਰੀਕੇ ਤਾਕਤ ਭਾਵੇਂ ਪਾਰਟੀ ਦੀ ਹੁੰਦੀ ਹੈ ਮੇਰੀ ਤਾਂ ਨਹੀਂ ਪਰ ਮੇਰੇ ਰਾਹੀਂ ਆਏ ਪਾਰਟੀ 'ਚ ਬੰਦੇ ਜਾਂ ਮੈਥੋਂ ਜੂਨੀਅਰ ਉਹ ਹੈਗੇ ਆ ਮੈਂਬਰ ਮੈਨੂੰ ਨਹੀਂ ਮੈਂਬਰ ਬਣਾਇਆ ਹੋਇਆ ਤੇ ਮੈਂ ਚਲੋ ਮੈਂ ਤਾਂ ਬਾਹਰ ਹੀ ਰਹਿਣਾ ਸੀ ਜਦੋਂ ਮੈਂ ਪਾਠ ਕਰ ਰਿਹਾ ਸੀ ਤੇ ਗੁਰੂ ਸਾਹਿਬ ਦੇ ਵੱਲੋਂ ਆਵਾਜ਼ ਵੱਜੀ ਵੀ ਪਹਿਲੀ ਗੱਲ ਤਾਂ ਇਹ ਪੰਜਾਬੀ ਵਾਲਾ ਮੈਸੇਜ ਤੇਰਾ ਪਤਾ ਨਹੀਂ ਪੜਿਆ ਜਾਣਾ ਹੈ ਕਿ ਨਹੀਂ ਪੜਿਆ ਜਾਣਾ ਜੇ ਪੜਿਆ ਵੀ ਗਿਆ ਤਾਂ ਤੇਰੇ ਖਿਲਾਫ ਢੱਡੋਂ ਹੋਰ ਹੋ ਜਾਣਗੇ ਤੇ ਇਹਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਹੋਣਾ ਤੁਸੀਂ ਉਹ ਮੈਸੇਜ ਪਹਿਲਾਂ ਪਾਰਟੀ ਪ੍ਰਧਾਨ ਨੂੰ ਇਕੱਲੇ ਨੂੰ ਭੇਜਣਾ ਚਾਹੁੰਦੇ ਇਕੱਲੇ ਨੂੰ ਭੇਜਣਾ ਚਾਹੁੰਦੇ ਸੀ ਮੈਂ ਮੈਂ ਸੱਚੀ ਗੱਲ ਦੱਸ ਰਿਹਾ ਤੇ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜਦੋਂ ਬੈਠ ਕੇ ਮੂਲ ਮੰਤਰ ਦਾ ਪਾਠ ਕੀਤਾ ਤੇ ਗੁਰੂ ਸਾਹਿਬ ਨੇ ਸਮਝ ਲਓ ਇੱਕ ਮੈਨੂੰ ਤਾਂ ਇਸ਼ਾਰਾ ਕੀਤਾ ਕਿ ਇਹਨੂੰ ਇਹ ਤਾਂ ਅੰਦਰ ਹੀ ਦਬ ਕੇ ਰਹਿ ਜਾਊਗਾ ਤੇਰੀ ਗੱਲ ਹੀ ਨਹੀਂ ਕਿਤੇ ਜਾਣੀ ਇਸ ਕਰਕੇ ਤੂੰ ਇਹਨੂੰ ਸਾਰੇ ਕੋਰ ਕਮੇਟੀ ਦੇ ਮੈਂਬਰਾਂ ਨੂੰ ਭੇਜ ਤੇ ਨੂੰ ਪਬਲਿਸ਼ ਕਰ ਦੇ ਜੀ ਦੇ ਕਰਕੇ ਜਿਹੜਾ ਹੈਗਾ ਮੈਂ ਉਹ ਉਹ ਸਾਰੇ ਮੈਂਬਰਾਂ ਨੂੰ ਜਿਹੜਾ ਸੀਗਾ ਉਹ ਭੇਜਤਾ ਮੀਡੀਆ ਨੂੰ ਵੀ ਦੇਤਾ ਇਸ ਕਰਕੇ ਹਾਲਾਤ ਇਹ ਬਣੇ ਤੇ ਉਸ ਤੋਂ ਬਾਅਦ ਅੱਜ ਹਾਲਾਤ ਕੀ ਹੈ ਮੈਂ ਬਰਾਦ ਸਾਹਿਬ ਤੁਹਾਨੂੰ ਬੇਨਤੀ ਕਰਾਂ ਮੈਂ 4 ਦਿਨ ਹੋ ਗਏ 5 ਦਿਨ ਤੁਸੀਂ ਸਾਰਿਆਂ ਨੇ ਪੀਡੀਆ ਨੇ ਬੜਾ ਜ਼ੋਰ ਲਾਇਆ ਕਿ ਇੰਟਰਵਿਊ ਕਰਨੀ ਇੰਟਰਵਿਊ ਮੇਰਾ ਕੋਈ ਮਨ ਨਹੀਂ ਸੀਗਾ ਕਿ ਮੈਂ ਯਾਰ ਆਪਣੀ ਗੱਲ ਰੱਖਤੀ ਆ ਸ਼ਾਇਦ ਪਾਰਟੀ ਕੋ ਸੁਧਾਰ ਕਰ ਲੂ ਕੱਲ ਮੈਨੂੰ ਨਵੀਂ ਗੱਲ ਦਾ ਪਤਾ ਲੱਗਿਆ ਕਿ ਜਾਂਦਿਆਂ ਸਾਰੀ ਇੱਕ ਠਾਣੇ ਦਾ ਟਾਈਪ ਜਿਹੜੇ ਬਿਆਨ ਬਾਹਰ ਦੇ ਕੇ ਗਏ ਸੀਗੇ ਔਰ ਜਿਨ੍ਹਾਂ ਨੇ ਹਾਰਨ ਦਾ ਰਿਕਾਰਡ ਬਣਾਇਆ ਹੋਇਆ ਤੇ ਉਹ ਉਹ ਵੱਡੇ ਸਲਾਹਕਰ ਅੱਜਕੱਲ ਉਹ ਵੀ ਪ੍ਰਧਾਨ ਸਾਹਿਬ ਦੇ ਤੇ ਉਹ ਕਹਿੰਦੇ ਜੀ ਇਹਨੂੰ ਪਾਰਟੀ ਚੋਂ ਕੱਢੋ ਤਾਂ ਜਦੋਂ ਪਾਰਟੀ ਚੋਂ ਕੱਢੋ ਵੀ ਕਾਹਦੇ ਲਈ ਕੱਢੋ ਜੀ ਕਿ ਬਿਜੂ ਨੇ ਚਿੱਠੀ ਲਿਖਤੀ ਤੇ ਉਹ ਚਾਰ ਪੰਜ ਮੈਂਬਰ ਕਹਿੰਦੇ ਯਾਰ ਪਾਰਟੀ ਨੂੰ ਸਲਾਹ ਦੇਣਾ ਕੋਈ ਗੁਨਾਹ ਹੈ ਮਤਲਬ ਸਲਾਹਤਾ ਤੁਸੀਂ ਬਾਹਰ ਲਿਆਂ ਤੂੰ ਵੀ ਮੰਗਦੇ ਫਿਰਦੇ ਹੋ ਅੰਦਰ ਅੱਜ ਬੈਠੇ ਹੋ ਸਲਾਹ ਕਰਨ ਲਈ ਬੈਠੇ ਹੋ ਤੇ ਜਿਉ 24 ਘੰਟੇ ਸਾਰਿਆਂ ਦਾ ਨੂੰ ਤੋ ਕੰਮ ਕਰਾਉਣੇ ਹੋ ਤੇ ਕੀ ਪਾਰਟੀ ਚ ਸਲਾਹ ਜੇ ਉਹਨੇ ਦੇਤੀ ਤੇ ਕੋਈ ਗੁਨਾਹ ਹੈ ਇਸ ਕਰਕੇ ਕੋਈ ਤਰੀਕਾ ਠੀਕ ਨਹੀਂ ਆ ਤੁਸੀਂ ਤੁਰੇ ਜਾਂਦੇ ਗੱਡੀ ਚ ਕੈਰੋਂ ਨੂੰ ਕੱਢਤਾ ਤੁਸੀਂ ਤੁਰੇ ਜਾਂਦੇ ਫਲਾਣੇ ਨੂੰ ਹਲਕਾ ਇੰਚਾਰਜ ਲਾਤਾ ਤੁਸੀਂ ਤੁਰੇ ਜਾਂਦੇ ਫਲਾਣੇ ਨੂੰ ਫਲਾਣਾ ਕੁਛ ਕਰਤਾ ਵੀ ਇਹ ਕਿਹੜਾ ਤਰੀਕਾ ਹੈ ਪਾਰਟੀ ਦਾ ਮਤਲਬ ਉਦੋਂ ਬਹੁਤ ਰੌਲਾ ਪਿਆ ਉਸ ਕਰਕੇ ਮੈਨੂੰ ਬਾਹਰ ਕੱਢਣ ਦਾ ਜਿਹੜਾ ਹੁਕਮ ਸੀ ਭਾਵੇਂ ਪ੍ਰਧਾਨ ਸਾਹਿਬ ਨੇ ਜ਼ੁਬਾਨੀ ਤੌਰ ਤੇ ਚੀਮਾ ਨੂੰ ਦਿੱਤਾ ਸੀ ਫਿਰ ਉਹ ਰੁਕ ਗਈ ਯਾਰ ਪਾਰਟੀ ਦੇ ਵਿੱਚ ਪਾਰਟੀ ਦਾ ਬੰਦਾ ਕੋਈ ਸਲਾਹ ਹੀ ਨਹੀਂ ਦੇ ਸਕਦਾ ਤੇ ਕਿਹੜੀ ਡੈਮੋਕ੍ਰੇਸੀ ਦੀ ਗੱਲ ਕਰਦੇ ਆ ਔਰ ਜੇ ਪਲ ਸਲਾਹ ਦੇਂਦੇ ਜਿਹਦੇ ਵਿੱਚ ਮੈਨੂੰ ਪਾਰਟੀ ਤੋਂ ਬਾਹਰ ਕੱਢਣ ਨੂੰ ਫਿਰਦੇ ਆ ਤੇ ਜਿਹੜੇ ਜਿਹੜੇ ਉਹ ਥਾਣੇਦਾਰ ਮੈਂਬਰ ਨੂੰ ਜਿਹੜਾ ਬਣਾ ਲਿਆ ਉਸ ਕਮੇਟੀ ਦਾ ਮੈਂਬਰ ਤੇ ਉਹ ਕਦੋਂ ਲਿਆਜ ਕਰੂਗਾ ਜਿਹੜੇ ਸ਼ਬਦ ਜਿਹੜਾ ਪਹਿਲਾਂ ਹੀ ਦੇ ਗਿਆ ਆਪਦੇ ਬਿਆਨ ਕਿ ਕਿਹੜਾ ਅਸਤੀਫਾ ਮੰਗ ਸਕਦਾ ਯਾਰ ਪਾਰਟੀ ਦੇ 500 ਦੇ ਕਰੀਬ ਡੈਲੀਗੇਟ ਹੈ 100 ਦੇ ਕਰੀਬ ਵਰਕਿੰਗ ਕਮੇਟੀ ਮੈਂਬਰ ਹੈ ਜਿਹੋ ਜਾਂ ਇੱਕ ਉਹ ਮੈਂਬਰ ਹੈ ਉਹ ਜਿਹੇ 500 ਹੈ ਤੇ ਜਿਹੜਾ ਮਰਜ਼ੀ ਮੰਗ ਸਕਦਾ ਜੇ ਕੋਈ ਗੱਲ ਗਲਤ ਲੱਗੇ ਚਾਹ ਜੀ ਇੱਕ ਚੀਜ਼ ਸਪਸ਼ਟ ਕਰਿਓ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਪਾਰਟੀ ਪ੍ਰਧਾਨ ਦੀ ਕਾਰਗਜ਼ਰੀ ਤੋਂ ਖੁਸ਼ ਨਹੀਂ ਤੁਹਾਨੂੰ ਕੀ ਲੱਗਦਾ ਹੈ ਕਿ ਪਾਰਟੀ ਪ੍ਰਧਾਨ ਜਿਹੜਾ ਬਦਲਣਾ ਚਾਹੀਦਾ ਤੁਸੀਂ ਪਾਰਟੀ ਪ੍ਰਧਾਨ ਤੇ ਸਵਾਲ ਚੁੱਕ ਰਹੇ ਹੋ ਕਿਉਂਕਿ ਤੁਹਾਡੀ ਚਿੱਠੀ ਦੇ ਵਿੱਚ ਭਾਸ਼ਾ ਕੁਝ ਹੋਰ ਸੀ ਤਾਂ ਤੁਸੀਂ ਚੋਣੇ ਕੀ ਮੈਂ ਚਿੱਠੀ ਦੇ ਵਿੱਚ ਜਿਹੜੀ ਭਾਸ਼ਾ ਸੀ ਮੇਰੀ ਉਸ ਵੇਲੇ ਤੱਕ ਵੀ ਪ੍ਰਧਾਨ ਸਾਹਿਬ ਨਾਲ ਹਮਦਰਦੀ ਜੁੜੀ ਹੋਈ ਸੀ ਔਰ ਅੱਜ ਵੀ ਜੁੜੀ ਹੋਈ ਹੈ ਪ੍ਰਧਾਨ ਰਹਿਣਾ ਚਾਹੁੰਦੇ ਰਹਿਣ ਪਰ ਘੱਟ ਤੋਂ ਘੱਟ ਜਿਹੜੇ ਕੋਈ ਮੈਂ ਜਿਵੇਂ ਕਮੇਟੀ ਕਹੀ ਸੀ ਪੰਜ ਪ੍ਰਧਾਨੀ ਦਾ ਹਮੇਸ਼ਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਨਸੈਪਟ ਰਿਹਾ ਹੈ ਔਰ ਇਹ ਤਾਂ ਉਸ ਵੇਲੇ ਵੀ ਰਿਹਾ ਜਦੋਂ ਅਕਾਲੀ ਦਲ ਦੇ ਰੋਲੇ ਪੈ ਜਾਂਦੇ ਸੀ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੱਕੜੇ ਹੁੰਦੇ ਸੀ ਤਾਂ ਉਹ ਹੁਕਮ ਕਰ ਦਿੰਦੇ ਸੀ ਕਿ ਪੰਚ ਪ੍ਰਧਾਨੀ ਬਣਾਈ ਜਾਵੇ ਤੇ ਮੈਂ ਪੰਚ ਪ੍ਰਧਾਨੀ ਦਾ ਹੀ ਕਨਸੈਪਟ ਦਿੱਤਾ ਮੈਂ ਪ੍ਰਧਾਨ ਸਾਹਿਬ ਤੋਂ ਕੀ ਖੋਲਿਆ ਜਾਂ ਮੈਂ ਉਹ ਉਹ ਕਹਿੰਦੇ ਇਹ ਕਿ ਪਾਰਟੀ ਦਾ ਡਿਸਪਲਿਨ ਹੁੰਦਾ ਉਹ ਕਹਿੰਦੇ ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਕਰਦੇ ਉਹਾਂ ਨੇ ਇਹ ਕੀ ਤਰੀਕਾ ਹੋਇਆ ਵੀ ਤੁਸੀਂ ਉਹ ਖੁੱਲੀ ਚਿੱਠੀ ਲਿਖ ਦਿਓ ਇਹ ਤਾਂ ਬਾਕੀ ਬਾਗੀ ਸੋਰ ਮੈਂ ਮੈਂ ਇੱਕ ਬੇਨਤੀ ਕਰਾਂ ਕਿ ਇਹ ਸਾਡ ਮੈਂ ਤਾਂ ਕਹਿੰਦਾ ਕੋਈ ਪੰਜਾਬ ਦਾ ਕੋਈ ਵਾਸੀ ਵੀ ਤੁਹਾਨੂੰ ਸੁਝਾਦੇ ਦੇ ਤੁਹਾਨੂੰ ਉਹ ਵੀ ਕੰਸਿਡਰ ਕਰਨਾ ਚਾਹੀਦਾ ਹੈ ਤੇ ਜੇ ਮੰਨ ਲਓ ਜਿਹੜਾ ਕੁਝ ਫਿਰ ਉਹ ਕੋਰ ਕਮੇਟੀ ਦਾ ਮੈਂਬਰ ਬਾਹਰ ਬੋਲ ਗਿਆ ਵੀ ਕੌਣ ਅਸਤੀਫਾ ਮੰਗ ਸਕਦਾ ਤੈਨੂੰ ਕੀ ਅਧਿਕਾਰ ਹੈ ਵੀ ਮੰਗ ਸਕਦਾ ਕਿ ਨਹੀਂ ਮੰਗ ਸਕਦਾ ਇੱਕ ਬੰਦਾ ਕੋਈ ਫੈਸਲਾ ਕਰ ਸਕਦਾ ਮੈਂ ਤਾਂ ਸਤੀਫਾ ਵੀ ਨਹੀਂ ਮੰਗਿਆ ਹਲੇ ਤੱਕ ਇਹ ਵੀ ਵੇਖੋ ਤੁਸੀਂ ਗੱਲ ਮੈਂ ਤਾਂ ਪੰਜ ਪ੍ਰਧਾਨੀ ਦਾ ਹੀ ਕਨਸੈਪਟ ਦਿੰਦਾ ਮੈਂ ਤਾਂ ਡੇਰੇ ਦੀ ਮਾਫੀ ਦੇਣ ਤੋਂ ਜਿਹੜੀ ਹੈ ਵੀ ਉਹਦੇ ਤੇ ਸਾਨੂੰ ਬਖਸ਼ਿਆ ਨਹੀਂ ਗਿਆ ਕਿ ਪ੍ਰਮਾਤਮਾ ਵੱਲੋਂ ਮੈਂ ਤਾਂ ਉਹਦੀ ਮਾਫੀ ਮੰਗਣ ਦੀ ਗੱਲ ਹੀ ਕੀਤੀ ਹੈ ਇਹ ਜੇ ਜਦੋਂ ਹਾਲਾਤ ਪੈਦਾ ਹੋ ਜਾਣ ਕਿ ਪਾਰਟੀ ਦਾ ਪ੍ਰਧਾਨ ਉਹਦੇ ਸੈਕਟਰੀ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਹਦੇ ਸੁਝਾਅ ਦਿੱਤੇ ਮੰਨਣ ਜਾਂ ਰੋਜ਼ ਦੀਆਂ 40 40 ਗਾਲਾਂ ਲੈ ਕੇ ਸੌਂਦੇ ਸੀ ਬਰਾੜ ਸਾਹਿਬ ਸਾਰੇ ਲੋਕ ਕਹਿੰਦੇ ਸੀ ਪੱਗਾਂ 'ਚ ਸਿਰ ਪਸਾਈ ਫਿਰਦੇ ਤੁਸੀਂ ਪ੍ਰਧਾਨ ਨੂੰ ਗੱਲ ਨਹੀਂ ਦੱਸ ਸਕਦੇ ਵੀ ਲੋਕ ਕੀ ਚਾਹੁੰਦੇ ਆ ਤੁਹਾਡੇ ਤੋਂ ਜਾਂ ਤੁਹਾਡੀ ਪਾਰਟੀ ਪ੍ਰਤੀ ਲੋਕਾਂ ਦੀ ਵਿੱਚ ਭਾਵਨਾਵਾਂ ਕੀ ਹੈਗੀਆਂ ਤੇ ਜੇ ਜਿਉਂ ਮੈਂ ਗੱਲ ਸੱਚੀ ਕਰਤੀ ਤੇ ਯਾਰ ਤੁਸੀਂ ਕਤਲ ਹੀ ਕਰ ਦੇਣਾ ਬੰਦੇ ਦਾ ਕਿ ਤੁਸੀਂ ਪਾਰਟੀ ਚੋਂ ਕੱਢ ਦਿਓ ਇਹਨਾਂ ਨੂੰ ਕੀ ਇਖਤਿਆਰ ਹੈ ਇਕੱਲੇ ਕਿਸੇ ਦੇ ਪਿਓ ਦੀ ਪਾਰਟੀ ਆ ਪਾਰਟੀ ਡੈਲੀਗੇਟਾਂ ਦੀ ਹੈ ਪਾਰਟੀ ਇੱਕ ਹੋਰਕਮ ਜਿਹੜੇ ਵਰਕਿੰਗ ਕਮੇਟੀ ਮੈਂਬਰਾਂ ਦੀ ਹੈ ਇਹ ਇਹ ਇਕੱਲੇ ਕਿਵੇਂ ਫੈਸਲਾ ਕਰ ਸਕਦਾ ਕੋਈ ਤੁਸੀਂ ਨਾ ਲਗਾਤਾਰ ਚਾਹੇ ਤੁਸੀਂ ਉਹ ਕੁਝ ਦਬੀ ਜਬਾਨ ਦੇ ਵਿੱਚ ਕਹਿੰਦੇ ਆ ਪ੍ਰਧਾਨ ਸਾਹਿਬ ਦੇ ਕੁਝ ਸਲਾਹਕਾਰ ਪ੍ਰਧਾਨ ਸਾਹਿਬ ਦੇ ਕੁਝ ਸਲਾਹਕਾਰ ਉਹਨਾਂ ਦੇ ਸੱਜੇ ਖੱਬੇ ਫਿਰਦੇ ਕੁਝ ਬੰਦੇ ਲਗਾਤਾਰ ਇਹਨਾਂ ਸ਼ਬਦਾਂ ਦੀ ਵਰਤੋਂ ਵਰਤੋਂ ਕਰਦੇ ਹੋ ਹੈ ਤੇ ਇੱਕੋ ਪਾਰਟੀ ਫਿਰ ਐਸੇ ਕੌਣ ਲੋਕ ਨੇ ਜਿਨ੍ਹਾਂ ਤੇ ਤੁਹਾਨੂੰ ਖੁੱਲਕੇ ਇਤਰਾਜ਼ ਆ ਸਭ ਤੋਂ ਪਹਿਲਾਂ ਤਾਂ ਤਿੰਨ ਦਿਨ ਜਿਹੜਾ ਜਿਹੜੇ ਖੂਹ ਦੇ ਵਿੱਚ ਡਿੱਗਦੇ ਆ ਰੋਜ਼ ਪ੍ਰਧਾਨ ਸਾਹਿਬ ਮੈਂ ਕਹੂੰਗਾ ਬੰਟੀਰ ਮਾਣਾ ਦਾ ਘਰ ਹੈ ਯਾਰ ਅਠ ਕਨਾਲ ਦੀ ਆਪਦੀ ਕੋਠੀ ਛੱਡ ਕੇ ਇੱਕ ਇੱਕ ਕਨਾਲ ਦੇ ਕਿਰਾਏ ਦੇ ਘਰ ਦੇ ਵਿੱਚ ਇੱਕ ਫਲੋਰ 'ਚ ਰਹਿਣ ਵਾਲੇ ਬੰਦੇ ਦੇ ਘਰੇ ਜਾ ਕੇ ਤੁਸੀਂ ਬੈਠਦੇ ਹੋ ਤੇ ਸਾਰੇ ਲੀਡਰਾਂ ਨੂੰ ਸਾਦੇ ਹੋ ਇਹ ਕਿੱਥੋਂ ਦਾ ਅਧਿਕਾਰ ਹੈਗੇ ਜਾਂ ਕਿੱਥੋਂ ਦੀ ਇਹ ਸਿਆਣਪ ਹੈਗੀ ਹੈ ਮੈਂ ਵੈਸੇ ਹੀ ਪੁੱਛਦਾ ਇੱਕ ਕਿ ਆਪਦੀ ਤੁਸੀਂ ਅਟਕ ਨਾਲ ਦੀ ਕੋਟੀ ਛੱਡ ਕੇ ਉੱਥੇ ਕਿਹੜੀ ਸਲਾਹ ਹੁੰਦੀ ਹੈ ਇੱਕ ਤਾਂ ਇਹ ਗੱਲ ਹੈ ਨਾਲ ਤੇਡਾ ਇਤਰਾਜ਼ ਕਿਉਂ ਮੈਂ ਮੈਂ ਇਤਰਾਜ਼ ਮੇਰੇ ਲਈ ਉਹ ਕੀ ਹੈ ਜੀ ਮੇਰੇ ਲਈ ਤਾਂ ਕੁਝ ਹੈ ਹੀ ਨਹੀਂਗਾ ਪਰ ਪਾਰਟੀ ਤਾਂ ਸਾਡੀ ਪੱਠੇ 'ਚ ਬਿਠਾਦੀ ਕਿ ਨਹੀਂ ਬਿਠਾਦੀ ਜੀ ਨੂੰ ਸ਼ੀਸ਼ਾ ਬਣਾ ਕੇ ਕਿ ਅੰਕੜਾ ਇਹ ਆਏ ਨਹੀਂ ਜੀ ਅੰਕੜੇ ਆਏ ਨਹੀਂ ਜੀ ਅੱਜ ਯਾਰ ਸਾਡੀ ਉਹ ਸਾਡੀ ਪਾਰਟੀ ਦੀ ਜਮਾਨਤ ਜਬਤ ਹੋ ਗਈ ਕਿਉਂਕਿ 13% ਪਈਏ 16% 16.7% ਜੇ ਵੋਟ ਪੈਂਦੀ ਹੈ ਤਾਂ ਜਮਾਨਤ ਵੱਜਦੀ ਹੈ ਸਾਡੀ ਤਾਂ ਪੰਜਾਬ 'ਚ ਜਮਾਨਤ ਜਬਤ ਹੋ ਗਈ ਸਾਰੀ ਪਾਰਟੀ ਦੀ ਨਹੀਂ ਪਰ ਬੰਟੀਰ ਮਾਣਾ ਤੁਸੀਂ ਜ਼ਿਕਰ ਕੀਤਾ ਬੰਟੀਰ ਮਾਣਾ ਵੀ ਜਿਵੇਂ ਬਾਕੀ ਆਗੂ ਨੇ ਜਿਵੇਂ ਤੁਸੀਂ ਇਲੈਕਸ਼ਨ ਲੜਿਆ ਉਹਨਾਂ ਨੇ ਇਲੈਕਸ਼ਨ ਲੜਿਆ ਸਾਰੇ ਨੇ ਉਹ ਵੀ ਪਾਰਟੀ ਦੇ ਇੱਕ ਮੈਂਬਰ ਨੇ ਤਾਂ ਫਿਰ ਬੰਟੀ ਰਮਾਣਾ ਕੱਲੇ ਬੰਦੇ ਤੇ ਤੁਸੀਂ ਸਾਰਾ ਜੱਠੁਣਾ ਭਰੰਦੀ ਕੋਸ਼ਿਸ਼ ਕਰੋ ਕਿ ਬੰਟੀ ਰਮਾਣਾ ਨੇ ਐਸਾ ਕੀ ਕਰਤਾ ਜਿਹਦੇ ਤੇ ਤੁਹਾਨੂੰ ਐਡਾ ਵੱਡਾ ਇਤਰਾਜ਼ ਆ ਤੁਹਾਨੂੰ ਲੱਗਦਾ ਕਿ ਉਹਦੇ ਕਰਕੇ ਪਾਰਟੀ ਖਤਮ ਹੋ ਰਹੀ ਮੈਨੂੰ ਪ੍ਰਧਾਨ ਸਾਹਿਬ ਤੇ ਇਤਰਾਜ਼ ਆ ਉਹ ਤਾਂ ਇੱਕ ਇੱਕ لالچی ਲੋਕ ਨੇ ਮੂੰਹ ਤੇ ਮਿੱਠੀਆਂ ਮਾਰਨ ਵਾਲੇ ਨੇ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੇ ਨੇ ਔਰ ਆਪ ਖੁਦ ਪੰਜਵੀਂ ਥਾਂ ਤੇ ਆਇਆ ਮੈਨੂੰ ਤਾਂ ਇੱਕ ਹੈਰਾਨ ਹੈ ਕਿ ਜਿਹੜਾ ਬੰਦਾ ਪੰਜਵੀਂ ਥਾਂ ਤੇ ਆਇਆ ਹੈ ਤੀਜੀ ਵਾਰੀ ਚੌਥੀ ਵਾਰੀ ਹਲਕਾ ਹਾਰ ਗਿਆ ਤੇ ਫਿਰ ਵੀ ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ ਇਸ ਕਰਕੇ ਮੇਰੀ ਤਾਂ ਗੁਜਾਰਿਸ਼ ਇਹ ਹੈ ਭਾਵੇਂ ਬੰਟੀ ਹੋਵੇ ਭਾਵੇਂ ਰੋਜ਼ੀ ਹੋਵੇ ਭਾਵੇਂ ਕੋਈ ਨੋਨੀ ਬਾਈ ਹੋਵੇ ਕੋਈ ਹੋਵੇ ਇਹ ਇਹ ਸਾਰਿਆਂ ਦੀ ਹੋਣ ਦਾ ਸਵਾਲ ਹੈ ਇਕੱਲੇ ਮੇਰੇ ਥੋੜੀ ਹੈ ਸਾਰੀ ਪਾਰਟੀ ਦੀ ਹੋਣ ਦਾ ਸਵਾਲ ਹੈ ਪ੍ਰਧਾਨ ਸਾਹਿਬ ਪ੍ਰਧਾਨ ਰਹਿਣ ਮੈਂ ਤਾਂ ਇਹੀ ਲਿਖਿਆ ਕਿ ਆਪਾਂ ਨੂੰ ਕੋਈ ਪੰਜ ਪ੍ਰਧਾਨੀ ਬਣਾ ਲਣੀ ਚਾਹੀਦੀ ਆ ਆਪਾਂ ਨੂੰ ਕੋਈ ਨਾ ਕੋਈ ਹੋਰ ਕੁਛ ਇਹੋ ਜਿਹਾ ਕਰ ਲੈਣਾ ਚਾਹੀਦਾ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਆ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰ ਦਿਆਂ ਮੈਂ ਬੜੇ ਜ਼ੋਰ ਨਾਲ ਕਿਹਾ ਸੀ ਕਿ ਭਾਈ ਅਮਰਤਪਾਲ ਸਾਹਿਬ ਸਿੰਘ ਸਾਹਿਬ ਦੇ ਖਿਲਾਫ ਤੇ ਭਾਈ ਸਰਬਜੀਤ ਸਿੰਘ ਦੇ ਖਿਲਾਫ ਆਪਾਂ ਨੂੰ ਉਮੀਦਵਾਰ ਨਹੀਂ ਦੇਣੇ ਚਾਹੀਦੇ ਯਾਰ ਅਸੀਂ ਬਾਦਲ ਸਾਹਿਬ ਨਾਲੋਂ ਵੀ ਵੱਡੇ ਸਿਆਣੇ ਹੋਗੇ ਬਾਦਲ ਸਾਹਿਬ ਨੇ ਨਾ ਉਹਦੀ ਮਾਤਾ ਦੇ ਖਿਲਾਫ ਕੈਂਡੀਡੇਟ ਦਿੱਤਾ ਨਾ ਉਹਦੇ ਦਾਦਾ ਜੀ ਦੇ ਖਿਲਾਫ ਕੈਂਡੀਡੇਟ ਦਿੱਤਾ ਅਸੀਂ ਬਾਦਲ ਸਾਹਿਬ ਤੋਂ ਹੀ ਕੁਝ ਸਿੱਖ ਲੈਂਦੇ ਅਸੀਂ ਉਹਨਾਂ ਦੀ ਉਲਟਾ ਕਰਦਾਰ ਕੁਸ਼ੀ ਕਰਨ ਲੱਗੇ ਇਹ ਇ ਇ ਇੱਥੇ ਹੁੰਦਾ ਕੀ ਹੈ ਆ ਮੇਰੇ ਮੇਰੇ ਨਾਲ ਕੀ ਹੋ ਰਿਹਾ ਦੋ ਦਿਨਾਂ ਦਾ ਇਹਨਾਂ ਦੀਆਂ ਜਿਹੜੀਆਂ ਵੈਸੇ ਤਾਂ ਸਾਰੀਆਂ ਪਾਰਟੀਆਂ ਦੀਆਂ ਸੋਸ਼ਲ ਮੀਡੀਆ ਤੇ ਗਿਰ ਜਾਂ ਹੈ ਉਹ ਹੁਣ ਮੇਰਾ ਮਾਸ ਨੋਚਣ ਤੇ ਲੱਗੀਆਂ ਇਹਦੀ ਗਦਾਰ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਸਰਜੀ ਸਿੰਘ ਖਾਲਸਾ ਔਰ ਅਬਰਤਪਾਲ ਸਿੰਘ ਖਾਲਸਾ ਦੇ ਖਿਲਾਫ ਅਕਾਲੀ ਦਲ ਉਮੀਦਵਾਰ ਨਹੀਂ ਖੜੋਣਾ ਚਾਹੀਦਾ ਸੀ ਤੇ ਨਹੀਂ ਖੜਾ ਬੋਲਣਾ ਮੈਂ ਰੌਲਾ ਪਾ ਕੇ ਮੀਟਿੰਗ ਵੀ ਰਖਾਈ ਇੱਕ ਵੀ ਆਪਾਂ ਵਾਪਸ ਲੈ ਲਓ ਆਪਣਾ ਉਮੀਦਵਾਰ ਫਰੀਦਕੋਟ ਤੇ ਮਤਲਬ ਹਲਕਾ ਇੰਚਾਰਜਾਂ ਦੀ ਮੀਟਿੰਗ ਵੀ ਰਖਾਈ ਜਿੱਦੇ ਚ ਖਰਚੇ ਖੁਰਚੇ ਦਾ ਵੀ ਰੌਲਾ ਸੀ ਤੇ ਸਾਰਿਆਂ ਨੇ ਕਿਹਾ ਵਾਪਸ ਲੈ ਕ ਕਿ ਨਹੀਂ ਇਹਦੇ ਪੱਲੇ ਕੀ ਆ ਇਹ ਕਿੱਥੋਂ ਜਿੱਤ ਜੂਗਾ ਤੁਸੀਂ ਕਿਹੜੀਆਂ ਗੱਲਾਂ ਚ ਪਏ ਹੋ ਮਤਲਬ ਇਹੇ ਦੀਆਂ ਤਾਂ ਤੁਸੀਂ ਸਲਾਹਾਂ ਦਿੰਦੇ ਹੋ ਯਾਰ ਕਿਉਂ ਪੱਠਾ ਵਟਾ ਮੈਂ ਕਹਿੰਦਾ ਬਾਕੀ ਛੱਡ ਦਿਓ ਚਰਨਦੀਤ ਮਾੜਾ ਹੋਊਗਾ ਮੈਂ ਵੀ ਮੇਰੇ ਵੀ ਪੱਲੇ ਕੁਛ ਨਹੀਂ ਕਿਉਂਕਿ ਜੇ ਮੇਰੀ ਸਲਾਹ ਨਾਲ ਚੱਲਦੇ ਹੁੰਦੇ ਤਾਂ ਸ਼ਾਇਦ ਪਾਰਟੀ ਹੋਰ ਚੰਗੀ ਹੁੰਦੀ ਜਾਂ ਨਾ ਹੁੰਦੀ ਮੈਂ ਸਮਝਦਾ ਮੇਰੀ ਵੀ ਸਲਾਹ ਕੰਮ ਦੀ ਨਹੀਂ ਸੀ ਯਾਰ ਤੁਸੀਂ 100 ਹੋਰ ਰੱਖ ਲਓ ਪਰ ਇੱਕ ਗੱਲ ਤਾਂ ਕਰੋ ਨਾ ਵੀ ਤੁਸੀਂ ਬਾਦਲ ਸਾਹਿਬ ਨੇ ਇਹਨਾਂ ਦੇ ਖਿਲਾਫ ਪਰਿਵਾਰ ਦੇ ਖਿਲਾਫ ਕੈਂਡੀਡੇਟ ਖੜੇ ਨਹੀਂ ਕੀਤੇ ਸੀ ਤੇ ਤੁਹਾਨੂੰ ਕੀ ਲੋੜ ਪਈ ਐ ਤੁਸੀਂ ਇਕੱਲਾ ਕੈਂਡੀਡੇਟ ਹੀ ਨਹੀਂ ਖੜਾ ਕੀਤਾ ਤੁਸੀਂ ਤਾਂ ਧੱਜੀਆਂ ਉਲੇ ਉਸ ਉਮੀਦਵਾਰਾਂ ਦੇ ਜਿਹੜੇ ਉਸ ਹਲਕੇ 'ਚ ਸੀਗੇ ਜਿੰਨਾਂ ਜਾ ਕੇ ਤੁਸੀਂ ਇਹਨਾਂ ਦੇ ਖਿਲਾਫ ਬੋਲਦੇ ਰਹੇ ਹੋ ਇਹ ਕੀ ਇਹ ਇਹ ਕਿਹਨੇ ਕਿਹਾ ਸੀ ਕਿਸੇ ਕੋਰ ਕਮੇਟੀ 'ਚ ਫੈਸਲਾ ਹੋਇਆ ਸੀ ਸੀਨੀਅਰ ਦੋ ਤਿੰਨ ਕੋਰ ਕਮੇਟੀ ਦੇ ਮੈਂਬਰਾਂ ਨੇ ਹੱਕ 'ਚ ਬਿਆਨ ਦਿੱਤੇ ਕਿ ਸਾਨੂੰ ਇਹਨਾਂ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਤੇ ਫਿਰ ਇਹਦਾ ਮਤਲਬ ਕੌਣ ਸਿਖਾਉਂਦਾ ਤੇ ਕੌਣ ਪੜਾਉਂਦਾ ਇਹ ਗੱਲਾਂ अच्छा बंटीर ਬਣਾਦੇ ਤੁਹਾਨੂੰ ਸਿੱਧਾ ਖੁੱਲ ਕੇ ਵੱਡਾ ਇਤਰਾਜ ਆ ਤੁਹਾਨੂੰ ਲੱਗਦਾ ਕਿ ਉਹਨਾਂ ਕਰਕੇ ਚੀਜ਼ਾਂ ਗੜਬੜ ਹੋਈਆਂ ਹੋਰ ਵੀ ਤੁਸੀਂ ਕਹਿੰਦੇ ਹੋ ਕਿ 4-5 ਲੋਕ ਕੌਣ ਲੋਕ ਨੇ ਮੈਨੂੰ ਲੱਗਦਾ ਕਿ ਫਿਰ ਜੇ ਤੁਸੀਂ ਇੰਨੇ ਹੀ ਹੋ ਤਾਂ ਫਿਰ ਉਹਨਾਂ ਦਾ ਨਾਮ ਵੀ ਲਿਖ ਦਿੰਦੇ ਫਿਰ ਅੱਜ ਅੱਜ ਮੈਨੂੰ ਲੁਧਿਆਣੇ ਤੋਂ ਫੋਨ ਆਇਆ ਕਹਿੰਦੇ ਜਦੋਂ ਪ੍ਰਧਾਨ ਸਾਹਿਬ ਲੁਧਿਆਣੇ ਮੀਟਿੰਗ ਕਰਨ ਪਹੁੰਚੇ ਨਾ ਮੇ ਮਹਿੰਦਰ ਸਿੰਘ ਗਰੇਵਾਲ ਸਾਹਿਬ ਜਿਹੜੇ ਥਾਣੇਦਾਰੀ ਕਰਦੇ ਆ ਉਹ ਉਹ ਉਹਨਾਂ ਨੇ ਕੀ ਕਿਹਾ ਕਹਿੰਦੇ ਪ੍ਰਧਾਨ ਸਾਹਿਬ ਤੁਸੀਂ ਬਹੁਤ ਮਿਹਨਤ ਕੀਤੀ 80 ਸੀਟਾਂ ਸੀ ਕਾਰਪੋਰੇਸ਼ਨ ਦੀਆਂ ਥੋੜੀ ਰਹਿਨਮਾਈ ਹੇਟਾਂ ਜਿੱਤਾਂਗੇ ਫੁਲਾਣਾ ਧੌਂਕਾ ਉਹ ਬੰਦੇ ਕਹਿੰਦੇ ਅਸੀਂ ਪਿੱਛੇ ਪੈਸੀ 80 ਜਾਈਏ ਯਾਰ ਵੀ ਕੋਈ ਫਿਕਰਮੰਦੀ ਵਾਲੀ ਗੱਲ ਕਰ ਲੋ ਫੁਲਾਣਾ ਧੌਂਕਾ ਦੇਖੋ ਪ੍ਰਧਾਨ ਸਾਹਿਬ ਦੀ ਮਿਹਨਤ ਤੇ ਸ਼ੱਕ ਨਹੀਂ ਹੈ ਮੈਂ ਉਹਦੇ ਚ ਲਿਖਿਆ ਕੀ ਹੈ ਕਿ ਸਾਡੇ ਨਾਲ ਰੱਬ ਰੁਸਿਆ ਹੈ ਤੇ ਜਦੋਂ ਰੱਬ ਰੁਸਿਆ ਉਦੋਂ ਮਤ ਮਰਦੀ ਹੈ ਤੇ ਮਤ ਮਰਦੀ ਹੈ ਤਾਂ ਮਾੜੇ ਬੰਦੇ ਦਿਵਾਲੇ ਹੁੰਦੇ ਆ ਚੰਗਾ ਬੰਦਾ ਕੋਈ ਨੇੜੇ ਨਹੀਂ ਰਹਿੰਦਾ ਅੱਜ ਕਿ ਹੇ ਗਿਆ ਜੇ ਤਨਖਾਰਦਾਰ ਬੰਦੇ ਮੁੱਲ ਦੇ ਬੰਦੇ ਔਰ ਮੈਂ ਇਹ ਮੈਂ ਤਾਂ ਇਹ ਇਹਨਾਂ ਦਾ ਵੀ ਪੜਤਾਲ ਕਰ ਲਿਓ ਵੀ ਇਹ ਕੀ ਕਿਵੇਂ ਚੱਲਦੇ ਆ ਕਿਤੇ ਕਿਵੇਂ ਨਹੀਂ ਚੱਲਦੇ ਇਸ ਕਰਕੇ ਸਾਰੇ ਥਾਵਾਂ ਦੇ ਉੱਤੇ ਜਿਹੜਾ ਹੈਗਾ ਹਾਲਾਤ ਹੈ ਇਸ ਕਿਸਮ ਦੇ ਬਣੇ ਹੋਏ ਆ ਕਿ ਇਹ ਇਹ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਪਾਰਟੀ ਪਹੁੰਚੀ ਹੋਈ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਨੂੰ ਹਰੇਕ ਨੁਮਾਇੰਦੇ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੂੰਗਾ ਕਿ ਮੇਰੇ ਸਲਾਹ ਦੇਣ ਕਰਕੇ ਜੇ ਪਾਰਟੀ ਮੈਨੂੰ ਕਤਲ ਕਰਦੀ ਹੈ ਮੈਂ ਟਿੱਕੇ ਨਹੀਂ ਬੈਠੂੰਗਾ ਮੈਂ ਹਰ ਪਾਰਟੀ ਦਾ ਉਹ ਹਰੇਕ ਬੰਦੇ ਤੱਕ ਜਾਊਂਗਾ ਪਾਰਟੀ ਬਚਾਉਣ ਲਈ ਹਰ ਲੀਡਰ ਤੱਕ ਜਾਊਂਗਾ ਪਾਰਟੀ ਬਚਾਉਣ ਲਈ ਐ ਕਿਵੇਂ ਹੋ ਸਕਦਾ ਯਾਰ ਕਿ ਚਾਰ ਬੰਦੇ ਇਕੱਠੇ ਹੋਣ ਜਿਹਨੂੰ ਮਰਜ਼ੀ ਬਾਹਰ ਕੱਢ ਦਿਓ ਜਿਹਨੂੰ ਮਰਜ਼ੀ ਬਾਹਰ ਰੱਖ ਲਓ ਇਹ ਕੀ ਤਰੀਕਾ ਹੋਇਆ ਮੈਂ ਮਾਲ ਤੁਸੀਂ ਮਾਫੀ ਵਾਲੇ ਮਸਲੇ ਦਾ ਤੁਸੀਂ ਜ਼ਿਕਰ ਕੀਤਾ ਅਕਾਲੀ ਦਲ ਪ੍ਰਧਾਨ ਨੇ ਕਈ ਵਾਰੀ ਮਾਫੀ ਮੰਗੀ ਦਰਬਾਰ ਸਭ ਜਾ ਕੇ ਵੀ ਉਹਨਾਂ ਨੇ ਮਾਫੀ ਮੰਗੀ ਕਈ ਵਾਰ ਉਹਨਾਂ ਨੇ ਇਸ ਦਾ ਜ਼ਿਕਰ ਕੀਤਾ ਤੁਹਾਨੂੰ ਕੀ ਲੱਗਦਾ ਕਿ ਉਹ ਮਾਫੀ ਮੰਗਣਾ ਤੁਹਾਨੂੰ ਉਹਦਾ ਤਰੀਕਾ ਸਹੀ ਨਹੀਂ ਕੀ ਤੁਹਾਨੂੰ ਲੱਗਦਾ ਕਿਵੇਂ ਮੰਗਣੀ ਚਾਹੀਦੀ ਸੀ ਉਹ ਤਾਂ ਤੁਸੀਂ ਨਾਲ ਹੀ ਸੀ ਮੈਨੂੰ ਲੱਗਦਾ ਕਿ ਮਾਫੀ ਵੇਲੇ ਵੀ ਜੋ ਹੋ ਸਕਦਾ ਤੁਸੀਂ ਨਾਲ ਹੋ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋੜੇ ਵੱਜੇ ਸੀ ਉਹ ਸੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਬਰਨਾਲਾ ਸਾਹਿਬ ਨੂੰ ਵੀ ਥੰਮ ਨਾਲ ਬੰਨਿਆ ਗਿਆ ਸੀ ਉਹ ਸੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਜ ਅਸੀਂ ਕੀ ਸਮਝਦੇ ਹਾਂ ਯਾਰ ਮਤਲਬ ਜੇ ਤੁਹਾਡੇ ਤੇ ਅਲੀਗੇਸ਼ਨ ਲੱਗਦੇ ਆ ਉਹ ਸੱਚੇ ਆ ਝੂਠੇ ਆ ਮਾਫੀ ਤਾਂ ਐਸਡੀਪੀਸੀ ਨੇ ਦਿੱਤੀ ਸ਼੍ਰੀ ਕਲਤਕ ਸਾਬ ਦੇ ਥਰੂ ਸਮਝ ਲਓ ਸਾਰੇ ਪ੍ਰਸ਼ਾਸਨ ਨੇ ਦਿੱਤੀ ਮੈਂ ਕਹਿਣਾ ਉਹਦੇ ਚ ਤੁਹਾਡਾ ਰੋਲ ਕਿੰਨਾ ਹੈਗਾ ਕਿੰਨਾ ਨਹੀਂ ਹੈਗਾ ਮੈਂ ਹਲੇ ਉਸ ਗੱਲ ਤੇ ਵੀ ਨਹੀਂ ਜਾਂਦਾ ਮੈਂ ਤਾਂ ਇਹ ਕਹਿਣਾ ਵੀ ਸਾਡੇ ਤੇ ਅਲੀਗੇਸ਼ਨ ਲੱਗੇ ਤੇ ਅਸੀਂ ਜੋ ਲੋਕ ਕਹਿੰਦੇ ਐ ਕਿ ਉਹਨੂੰ ਵਿਧੀ ਵਿਧਾਨ ਰਾਹੀਂ ਮਾਫੀ ਸਭ ਸਜ਼ਾ ਲਵਾ ਲੋ ਤੇ ਯਾਰ ਮੈਨੂੰ ਮੈਂ ਨਾ ਮੈਨੂੰ ਜਿੰਨੀ ਮਰਜ਼ੀ ਸਜ਼ਾ ਲਾ ਦੇਣ ਕੀ ਔਖਾ ਹੈ ਗੁਰੂ ਘਰ ਦੇ ਵਿੱਚ ਭਾਂਡੇ ਮੰਜ ਨੇ ਜੋੜਿਆਂ ਦੀ ਸੇਵਾ ਕਰਨੀ ਅਸੀਂ ਵੈਸੇ ਵੀ ਤਾਂ ਕਰਕੇ ਹੀ ਹੁਣੇ ਤੇ ਜੇ ਨਹੀਂ ਮੈਨੂੰ ਇਹ ਲੱਗਦਾ ਕਿ ਸਾਨੂੰ ਗੁਰੂ ਨੇ ਮਾਫ ਨਹੀਂ ਕੀਤਾ ਉਹਨਾਂ ਚ ਤਾਂ ਹੀ ਸਾਡੇ ਸਤਾਰੇ ਗਰਦਸ਼ ਚ ਜਾਈ ਜਾਂਦੇ ਹਰ ਗੱਲ ਹੀ ਪਿੱਛੇ ਅੱਜ ਯਾਰ ਵੋਟ ਕੀ ਰਹਿ ਗਈ ਅੱਜ ਬਠਿੰਡਾ ਜਿੱਤੇ ਹਨਾ 54000 ਤੇ ਕੁਝ ਵੋਟਾਂ ਪਈਆਂ ਸੀ ਬਾਦਲ ਸਾਹਿਬ ਜਦੋਂ ਹਾਰੇ ਸੀ 54900 ਕੁਛ ਵੋਟਾਂ ਅੱਜ 54300 ਪਈਆਂ 400 ਅੱਗੇ ਨਾਲੋਂ ਵੀ ਘਟੀ ਐ ਇਹ ਵੱਖਰੀ ਗੱਲ ਐ ਕਿ ਜਿਹੜੀ ਵਿਰੋਧੀ ਵੋਟ ਸੀਗੀ ਉਹ ਪਹਿਲਾਂ ਉਦੋਂ ਬੁੱਸਣੇ ਕਾਂਗਰਸ ਦੀ ਵੀ ਆਪ ਨੂੰ ਪੈ ਗਈ ਤੇ ਉਦੋਂ ਹਰ ਗਏ ਤੇ ਹੁਣ ਜਿਹੜਾ ਹੈਗਾ ਜਿੱਤ ਗਏ ਤੁਸੀਂ ਬੀਬਾ ਜੀ ਦੇ ਹੱਕ 'ਚ ਬੋਲੇ ਤੁਸੀਂ ਕਹਿੰਦੇ ਕਿ ਉਹ ਉਹਨਾਂ ਦਾ ਜਿਤਨਾ ਸਹੀ ਮੈਂ 100% ਇਸ ਗੱਲ ਨਾਲ ਮਤਲਬ ਸ਼ੋਰ ਹੈਗਾ ਕਿ ਬੀਬਾ ਜੀ ਡੇਰੇ ਨੂੰ ਮਾਫੀ ਦੇਉਣ ਵਾਲੀ ਕਿਸੇ ਮੀਟਿੰਗ 'ਚ ਹਾਜ਼ਰ ਨਹੀਂ ਸੀ ਮਤਲਬ ਮੈਂ ਇਸ ਕਰਕੇ ਉਹਨਾਂ ਦੇ ਹੱਕ 'ਚ ਲਿਖਿਆ ਜਿਹੜੀ 'ਚ ਨਹੀਂ ਸੀਗੇ ਜਿਹੜੇ ਉਹਨਾਂ ਦੇ ਕਸੂਰ ਕਿਤੇ ਜਾਂ ਕੋਈ ਕਮੀ ਪੇਸ਼ੀ ਜਾਂ ਗਲਤੀ ਹੋਊਗੀ ਮੈਂ ਉਹ ਵੀ ਬ ਜਾਤੀ ਤੌਰ ਤੇ ਮੈਂ ਕਿਸੇ ਦੇ ਖਿਲਾਫ ਬੋਲਣਾ ਨਹੀਂ ਹੈ ਮੈਂ ਤੁਹਾਨੂੰ ਇੱਕ ਦੱਸ ਦਿਆਂ ਕਿਉਂਕਿ ਸਿਆਸੀ ਬੰਦੇ ਜਿਨ੍ਹਾਂ ਦੇ ਨਾਲ ਰਹਿ ਕੇ ਬਹਿ ਲਿਆ ਹੋਵੇ ਉਹਨਾਂ ਦੇ ਉਹਨਾਂ ਦੇ ਖਿਲਾਫ ਨਿੱਜੀ ਤੌਰ ਤੇ ਨਹੀਂ ਬੋਲਣਾ ਮੈਂ ਪਾਰਟੀ ਦੀ ਪਾਲਿਸੀ ਦੇ ਜਿਹੜਾ ਹੈਗਾ ਜਿਨ੍ਹਾਂ ਦੇ ਖਿਲਾਫ ਮੈਂ ਤਾਂ ਇਹ ਵੀ ਰੋਲਾ ਪਾਇਆ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਾਉਣ ਦਾ ਕੀ ਵਿਧੀ ਵਿਧਾਨ ਹੈ ਕੋਈ ਵਿਧੀ ਵਿਧਾਨਤਾ ਬਣਾ ਲਓ ਯਾਰ 100 ਸੰਪਰਦਾਵਾਂ ਦਾ ਲਿਸਟ ਬਣਾ ਲਓ ਉਹ ਉਹ ਮੰਥਨ ਕਰਨ ਉਹ ਪੰਜ ਨਾਂ ਜਿਹੜੇ ਹੈਗੇ ਅੰਤਰੰਕ ਕਮੇਟੀ ਨੂੰ ਦਿਨ ਅੰਤਰੰਕ ਕਮੇਟੀ ਤਿੰਨ ਨਾਂ ਪ੍ਰਧਾਨ ਨੂੰ ਦੇਵੇ ਤੇ ਫਿਰ ਉਹਦੇ 'ਚ ਕੋਈ ਫੈਸਲਾ ਹੋਵੇ। ਮਤਲਬ ਇਸ ਸਿਸਟਮ ਹੀ ਅਸੀਂ ਤਾਂ ਤੈਸ਼ ਨਾ ਅਸੀਂ ਕਰ ਜਿਵੇਂ ਪਾਰਟੀ 'ਚ ਫਲਾਣੇ ਤੇ ਭੋਗਤੇ ਗਏ ਕਾ ਜਥੇਦਾਰ ਅਸੀਂ ਨਾਉਂਸ ਕਰਤਾ ਜੀ ਹਲਕਾ ਇੰਚਾਰਜ ਆ ਫਲਾਣੇ ਤਾਂ ਆ ਗਏ ਉਹੀ ਹਾਲਤ ਸੀ ਸਾਰੇ ਪਾਸੇ ਕਰ ਰੱਖਿਆ। ਮੈਂ ਕਿਉਂ ਮਤਲਬ ਦਰਦ ਕਿਸ ਗੱਲ ਦਾ ਹੋ ਰਿਹਾ? ਇਸ ਕਰਕੇ ਮੈਂ ਜ਼ਿੰਦਗੀ ਲਾਤੀ ਆ। 32-35 ਸਾਲ ਸਿਆਸਤ ਦੇ ਵਿੱਚ ਥੋੜੇ ਨਹੀਂ ਹੁੰਦੇ। ਇਹ ਤਾਂ ਜਿੰਨੇ ਸਾਰੇ ਸਿਆਸਤ 'ਚ ਆਏ ਆ ਇਹ ਤਾਂ ਚੜ੍ਹੇ ਚੜ੍ਹਾਈ ਘੋੜੇ ਤੇ ਆ ਗਏ ਮੈਂ ਤਾਂ ਪਿੰਡੋਂ ਪੈਰੋਂ ਤੁਰ ਕੇ ਆਇਆ। ਇੱਕ ਜੀ ਸਪਸ਼ਟ ਕਰਿਓ ਜਿਹੜੀ ਤੁਸੀਂ ਕਹਿੰਦੇ ਹੋ ਕਿ ਸਲਾਹਕਾਰਾਂ ਤੋਂ ਨੁ ਉਹ ਸਲਾਹ ਕਰਾਂ ਤਰਾਜ ਸਿਰਫ ਤੁਹਾਨੂੰ ਹੀ ਆਏ ਕਿ ਪਾਰਟੀ ਦੇ ਵਿੱਚ ਹੋਰ ਲੋਕਾਂ ਨੂੰ ਇਤਰਾਜ ਹੈ ਤੇ ਇੱਕ ਵਾਰੀ ਮੈਂ ਸਪੈਸ਼ਟੀਆਂ ਕਿਉਂਕਿ ਤੁਸੀਂ ਇੱਕ ਬੰਦੇ ਦਾ ਨਾਮ ਲੈ ਰਹੇ ਹੋ ਬਾਕੀ ਕਿਹੜੇ ਕਿਹੜੇ ਫਿਰ ਖੁੱਲ ਕੇ ਦੱਸ ਦਿਓ ਤੇ ਉਹ ਬੰਟੀ ਬਬਲੀ ਦੇ ਨਾਮ ਕੋਈ ਜਾਣਦਾ ਨਹੀਂ ਹੈ ਮਤਲਬ ਮੈਨੂੰ ਕਿ ਮੇਰੇ ਮੂੰਹ ਮੈਂ ਬੰਟੀ ਦਾ ਲੈ ਚੁੱਕਿਆ ਮੈਂ ਰੋਜੀ ਦਾ ਲੈ ਚੁੱਕਿਆ ਹਾਲਾਂਕਿ ਮੇਰੇ ਜ਼ਿਲ੍ਹੇ ਦਾ ਹੈ ਮੈਂ ਸਤਕਾਰਯੋਗ ਹੈ ਪਰ ਜ਼ਰੂਰੀ ਤਾਂ ਨਹੀਂ ਯਾਰ ਤੁਸੀਂ ਚਾਰਾਂ ਨੇ ਘੇਰੀ ਰੱਖਣਾ ਇਸ ਕਰਕੇ ਇਹ ਤਾਂ ਆ ਨਵੇਂ-ਨਵੇਂ ਹੁਣ ਮੱਖਣ ਲਾਉਣ ਜਿਹੜਾ ਹੈਗਾ ਬਹੁਤ ਵੱਡੇ ਜਿਨ੍ਹਾਂ ਨੇ ਪਹਿਲਾਂ ਟੋੜਾ ਸਾਹਿਬ ਰਗੜਿਆ ਇਸੇ ਮਹਿਜੇਨਰ ਗਰੇ ਸਾਹਿਬ ਵੱਲ ਨੇ ਟੋੜਾ ਰਗੜਿਆ ਸੀ ਇਹ ਟੋੜਾ ਸਾਹਿਬ ਨੂੰ ਤੇ ਇਹ ਹੁਣ ਇੱਧਰ ਲੱਗੇ ਹੋਏ ਆ ਔਰ ਕਿਸੇ ਕੋਲੇ ਕਹਿੰਦਾ ਕੀ ਹੈ ਕਹਿੰਦਾ ਫਲਾਣਾ ਸਿਆ ਚੰਗੀ ਰਾਇ ਨਹੀਂ ਦੇਈ ਦਿੰਦੀ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਕੱਲਾ ਪ੍ਰੇਜ਼ ਕਰੋ ਤੇ ਜੋ ਮਰਜ਼ੀ ਲੈ ਲਓ ਕਹਿੰਦਾ ਇਹ ਹੀ ਕੰਮ ਹੈ ਤੇ ਹੁਣ ਵੀ ਤਾਂ ਹੀ ਹੱਕ ਚ ਬੋਲਿਆ ਤੇ ਵੇਖੋ ਨਾਲ ਦੀ ਨਾਲ ਕਮੇਟੀ ਚ ਪੈ ਗਏ ਤਿੰਨ ਲੋਕ ਕਹਿੰਨੇ ਹੋ ਤੁਸੀਂ 38000 ਵੋਟ ਪਈ ਸੀ 2019 ਚ ਜਦੋਂ ਇਹ ਵਿਸਤ ਦੇ ਵਿੱਚ ਸੀਗਾ 97 ਚ ਇਹ ਇੱਕ ਵਾਰੀ ਵਿਸਤੋਂ ਐਮ ਐਲ ਏ ਜਿੱਤੇ ਐ ਮੇਸ਼ੇਂਦਰ ਗਰੇਵਾਲ ਸਾਹਿਬ ਦਰਜਨ ਇਲੈਕਸ਼ਨ ਲੜਦੇ ਸਾਰਿਆਂ ਚ ਹੀ ਹਾਰੇ ਐ ਔਰ ਪਿਛਲੇ ਵਾਰੀ 38000 ਵੋਟ ਪਈ ਐ ਉਸ ਤੋਂ ਬਾਅਦ ਜਦੋਂ ਹੁਣ ਬਾਈ ਵਾਲਾ ਇਲੈਕਸ਼ਨ ਲੜਿਆ ਉੱਥੋਂ ਉਦੋਂ 9900 ਵੋਟ ਪਈ 10 ਨੁਬਦਾ ਵੀ ਇਹ ਅੰਕੜਾ ਪਾਸ ਕੀ ਹੁਣ 5500 ਪਈ ਐ ਯਾਰ ਤੁਸੀਂ ਆਪਣੇ ਆਪ ਤੇ ਫਿਕਰ ਕਰ ਲੋ ਵੀ ਯਾਰ ਨਵੇਂ ਮੁੰਡਿਆਂ ਨੂੰ ਸੱਦ ਲੋ ਕੋਈ ਉਹਨਾਂ ਦੀ ਕਮੇਟੀ ਬਣਾ ਲੋ ਜਦੋਂ ਸਾਨੂੰ ਲੋਕਾਂ ਨੇ ਹੀ ਨਕਾਰਤਾ ਤੇ ਫਿਰ ਅਸੀਂ ਕਾਹਦੇ ਲੀਡਰ ਆ ਯਾਰ ਹੁਣ ਤੁਹਾਨੂੰ ਇਹਨਾਂ ਤਿੰਨ ਲੋਕਾਂ ਤੇ ਇਤਰਾਜ ਹੈ ਮਤਲਬ ਮੈਨੂੰ ਸਾਰੇ ਜਿਹੜੇ ਫੈਸਲੇ ਆ ਮੈਨੂੰ ਉਹਨਾਂ ਤੇ ਇਤਰਾਜ਼ ਆ ਔਰ ਮੇਰੀ ਹੱਥ ਜੋੜ ਕੇ ਅੱਜ ਵੀ ਬੇਨਤੀ ਆ ਪ੍ਰਧਾਨ ਸਾਹਿਬ ਨੂੰ ਵੀ ਪ੍ਰਧਾਨ ਸਾਹਿਬ ਤੁਸੀਂ ਪ੍ਰਧਾਨ ਬਣੇ ਰਹੋ ਮੈਨੂੰ ਕੋਈ ਇਤਰਾਜ਼ ਨਹੀਂ ਅਗਲੀ ਭਰਤੀ ਹੋਣੀ ਐ 14 ਦਸੰਬਰ 2024 ਤੱਕ ਪ੍ਰਧਾਨ ਨਵਾਂ ਬਣਨਾ ਪੈਣਾ ਭਰਤੀ ਤੁਹਾਨੂੰ ਕਰਨੀ ਪੈਣੀ ਐ ਉਹ ਤਾਂ ਵਿਧੀ ਵਿਧਾਨ ਐ ਕਾਨੂੰਨ ਆ ਕਰਨੇ ਪੈਣੇ ਤੁਸੀਂ ਕਿਸੇ ਦਾ ਪ੍ਰਜੀਡੀਅਮ ਬਣਾ ਦਿਓ ਮੈਂ ਤਾਂ ਸਾਰਿਆਂ ਤੋਂ ਸੀਨੀਅਰ ਜਿਹੜੇ ਬੰਦੇ ਦਾ ਮੈਂ ਨਾ ਪ੍ਰਪੋਜ਼ ਕੀਤਾ ਵੀ ਇਹਨਾਂ ਨੂੰ ਤੁਸੀਂ ਪ੍ਰਜੀਡੀਅਮ ਦਾ ਪ੍ਰਧਾਨ ਬਣਾ ਦਿਓ ਉਸੇ ਦਾ ਹੀ ਪ੍ਰਧਾਨ ਸਾਹਿਬ ਨੇ ਡਿਸਪਲਿਨਰੀ ਕਮੇਟੀ ਦਾ ਚੇਅਰਮੈਨ ਬਣਾਇਆ ਭੁੰਦਰ ਸਾਹਿਬ ਨੂੰ ਫਿਰ ਭੁੰਦਰ ਸਾਹਿ ਬੀਬਾ ਹਰਸਿਮਰਤ ਕੋਰ ਬਾਦਲ ਵਿੱਚ ਕੀ ਉਹਨਾਂ ਤੇ ਯਕੀਨ ਨਹੀਂ ਵੀ ਬਿਹਤਰ ਨਹੀਂ ਕਰ ਲੈਣਗੇ ਜਾਂ ਕੋਈ ਚੰਦੂ ਮਾਹਰਾ ਸਾਹਿਬ ਹੈ ਜਾਂ ਬਾਕੀ ਲੀਡਰ ਹੈ ਇਹਦਾ ਮਤਲਬ ਯਕੀਨ ਨਹੀਂ ਕਿਸੇ ਸਾਡੀਆਂ ਨਾਲ ਸਰੀ ਗੱਲਾਂ ਬਾਤਾਂ ਦੇ ਦੌਰਾਨ ਇੱਕ ਹੋਰ ਚਰਚਾ ਚੱਲ ਰਹੀ ਹੈ ਕਹਿੰਦੇ ਚਰਨਜੀਤ ਸਿੰਘ ਬਰਾੜ ਬੜੇ ਸਿਆਸੀ ਬੰਦੇ ਨੇ ਸਪੀਰਸਮ ਬਾਦਲ ਦੇ ਨਾਲ ਇਹਨਾਂ ਟਾਈਮ ਰਹੇ ਹੋ ਕਾਲੀ ਦਲ ਦੇ ਵਿੱਚ ਇਹਨਾਂ ਟਾਈਮ ਰਹੇ ਹੋ ਹੁਣ ਵੀ ਹੈਗੇ ਹੋ ਖੈਰ ਕਹਿੰਦੇ ਨੇ ਕਿ ਕਿਸੇ ਵੱਡੀ ਸਿਆਸੀ ਗੇਮ ਦੇ ਵਿੱਚੋਂ ਤੁਸੀਂ ਕਹਿੰਦੇ ਗੱਦੜਬਾ ਇਲੈਕਸ਼ਨ ਆ ਰਿਹਾ ਤੇ ਉਹ ਦਰੋਸਾ ਦਾ ਸਰਕਾਰ ਵਾਲੇ ਪਾਸੇ ਕੋਈ ਗੱਲਬਾਤ ਚੱਲ ਰਹੀ ਹੋਵੇ ਤੇ ਕਿਦਰੇ ਤੁਸੀਂ ਕੋਈ ਉੱਥੋਂ ਉਮੀਦਵਾਰੀ ਦੀ ਝਾਕ ਦੇ ਵਿੱਚੋਂ ਕਿਧੜਵਾਦੋਂ ਕਹਿੰਦੇ ਚੋਣ ਲੜਨ ਦੀ ਇੱਛਾ ਜਾਗੀ ਹੋਈ ਹੈ ਚਰਨਜੀਤ ਬਰਾੜ ਨੂੰ ਨਹੀਂ ਦੇਖੋ ਮੇਰੀ ਇੱਕ ਬੇਨਤੀ ਹੈ ਕਿ ਗਿੱਦੜਵਾ ਮੇਰੀ ਕਰਮ ਭੂਮੀ ਹੈ ਮੈਂ ਇਹ ਵੀ ਕਹਿ ਸਕਦਾ ਮੇਰੀ ਜਨਮ ਭੂਮੀ ਹੈ ਕਰਮ ਭੂਮੀ ਹੈ 17 18 ਸਾਲ ਮੈਂ ਉੱਥੋਂ ਕੰਮ ਕੀਤਾ ਪਰ ਮੈਂ ਵੈਸੇ ਸੌਂ ਖਾਣ ਵਾਲੇ ਬੰਦੇ ਨੂੰ ਝੂਠਾ ਹੀ ਗਿਣਿਆ ਜਾਂਦਾ ਮੈਂ ਇੱਕ ਹੋਰ ਕਰਦਿਆਂ ਮੈਂ ਇੱਕ ਗੱਲ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਅੱਜ ਤਿੱਕਰ ਆਪ ਵਾਲੇ ਕਿਸੇ ਨੁਮਾਇंदे ਜਾਂ ਬੰਦੇ ਕਿਸੇ ਵਰਕਰ ਨਾਲ ਹੀ ਮੇਰੀ ਗ ਪਰ ਜਿਹੜੀ ਸਰਕਾਰ ਹੈ ਉਹ ਤਾਂ ਮੇਰੇ ਵੈਸੇ ਹੀ ਖਿਲਾਫ ਹੈ ਮੈਂ ਤਾਂ ਕਈ ਥਾਂ ਤੇ ਕਈ ਕਈ ਤਰ੍ਹਾਂ ਦੇ ਹਾਲਾਤ ਪਿਛਲੇ ਸਮੇਂ ਦੇ ਵਿੱਚ ਭੁਗਤ ਚੁੱਕੇ ਆਂ ਔਰ ਵੇਖ ਚੁੱਕੇ ਆਂ ਇਸ ਕਰਕੇ ਜਿਹੜੇ ਬੰਦੇ ਨੇ ਇਹਨਾਂ ਨੂੰ ਕੋਈ ਮਾੜੀ ਮੋਟੀ ਗੱਲ ਕਵੇ ਉਹ ਫਿਰ ਜਿਹੜੀਆਂ ਸੋਸ਼ਲ ਮੀਡੀਆ ਤੇ ਗਿਰਜਾਂ ਬਿਠਾਈਆਂ ਨਾ ਉਹ ਨੋਚਣ ਲੱਗ ਜਾਂਦੀਆਂ ਜਿਹੜੀਆਂ ਤਨਖਾਹਦਾਰ ਬਿਠਾਏ ਆ ਨਾ ਇਹ ਤਾਂ ਕਹਿੰਦੇ ਸੀ ਦਿੱਲੀ ਵਾਲੇ ਬਿਠਾਏ ਆ ਤੇ ਉਹ ਨੋਚਦੇ ਆ ਸਾਰੀਆਂ ਪਾਣ ਤੁਸੀਂ ਕਈ ਵਾਰੀ ਸ਼ਬਦ ਯੂਜ਼ ਕੀਤਾ ਸਾਰੀ ਪਾਰਟੀ ਤੁਸੀਂ ਇੱਕ ਬੰਦੇ ਦਾ ਨਾਮ ਲੈ ਦਿਓ ਜਿਹੜਾ ਪ੍ਰਧਾਨ ਸਾਹਿਬ ਦੇ ਹਰਦਗਿਰਦ ਤੁਹਾਨੂੰ ਦਿਸਦਾ ਹੋਵੇ ਤੇ ਮੈਂ ਉਹਦੀ ਤਨਖਾਹ ਦੱਸ ਦੂੰ ਵੀ ਕਿੰਨੀ ਹੈ ਇੱਕ ਬੰਦੇ ਦਾ ਨਾਮ ਤਾਂ ਤੁਸੀਂ ਲੈ ਦਿਓ ਨਾ ਮੈਂ ਕਹਿੰਦਾ ਟੋਟਲ ਸਟਾਫ ਸਾਰਾ ਨਪਿੰਦਰ ਮੈਂ ਇੱਕ ਬੇਨਤੀ ਕਰਾਂ ਕੱਲਾ ਵਾਹਦ ਇੱਕ ਮੈਂ ਇਨਸਾਨ ਆ ਦਫਤਰ ਦੇ ਵਿੱਚ ਵਾਹਦ ਇੱਕ ਮੈਂ ਇਨਸਾਨ ਜਿਹੜਾ ਨਾ ਕਦੇ ਪਾਰਟੀ ਤੋਂ ਕੋਈ ਜੇ ਦਿੱਲੀ ਬੁਲਾ ਲਿਆ ਤੇ ਭਵੇਂ ਜਹਾਜ਼ ਤੇ ਜਾਣਾ ਪਏਗਾ ਟਿਕਟ ਲਈਏ ਤੇ ਨਾ ਕਿਤੇ ਗੱਡੀ 'ਚ ਤੇਲ ਪਵਾਇਆ ਅੱਜ ਤੱਕ ਜਦੋਂ ਦਾ ਨਾਲ ਆਇਆ ਜੇ ਦਫਤਰ 'ਚ ਜਿਹੜੇ ਆਪਾਂ ਬੈਠ ਕੇ ਇਕੱਠੇ ਜੇ ਕੋਈ ਸਮੋਸੇ ਵੀ ਖਾਂਦੇ ਸੀ ਇੱਕ ਸਾਲ ਪਹਿਲਾਂ ਤੋਂ ਆ ਇੱਕ ਸਾਲ ਦੀ ਨਹੀਂ ਮੈਂ ਸੌਂ ਕਹਿੰਦਾ ਹੁਣ ਮੈਂ ਵੀ ਛੱਡਦਾ ਜਿੱਥੇ ਬਾਕੀਆਂ ਦਾ ਹਾਲ ਉਹ ਹੈ ਤਾਂ ਮੈਂ ਵੀ ਛੱਡਦਾ ਮੈਂ ਆਪਦੇ ਜੇਬ ਚੋਂ ਪੈਸੇ ਦੇ ਕੇ ਸਮੋਸੇ ਮੰਗਾਉਂਦਾ ਤੇ ਅਸੀਂ ਚਾਹ ਤੇ ਪੱਖਾ ਤੇ ਜਿਹੜਾ ਏਸੀ ਆ ਇਹ ਦਫ਼ਤਰ ਦਾ ਹੁੰਦਾ ਸੀ ਪਾਰਟੀ ਤੋਂ ਨਹੀਂ ਕਦੇ ਕੋਈ ਪੈਸੇ ਕੋਈ ਫੰਡ ਕੋਈ ਤਨਖਾਹ ਨਹੀਂ ਲਈ ਇਹ ਕਹਿਣਾ ਸਰਕਾਰ ਦੇ ਦੌਰਾਨ ਵੀ ਸਰਕਾਰ ਦੇ ਦੌਰਾਨ ਵੀ ਬੜਾ ਕੁਝ ਵੰਡੀਦਾ ਰਿਹਾ ਇੱਕ ਪੈਸੇ ਦਾ ਰਵਾਮਦਾਰ ਨਹੀਂ ਨਾ ਇਸ ਪਾਰਟੀ ਦਾ ਨਾ ਇਸ ਪਰਿਵਾਰ ਦਾ ਮੈਨੂੰ ਇਸ਼ਕ ਹੈ ਕੰਮ ਨਾਲ ਪਾਰਟੀ ਦੇ ਕੰਮ ਕਰਨ ਨਾਲ ਇਸ਼ਕ ਹੈ ਨਹੀਂ ਤਾਂ ਕਲਾਸ 1 ਅਫਸਰੀ ਛੱਡ ਕੇ ਕੌਣ ਆਉਂਦਾ ਯਾਰ ਇਹ ਤਾਂ ਮੈਨੂੰ ਕੱਲ ਇੱਕ ਬੋਲੀ ਜਾਂਦਾ ਸੀ ਕੱਲ ਇੱਕ ਲੀ ਮੈਨੂੰ ਕੋਈ ਕੰਜਰ ਦੱਸੇ ਤਾਂ ਸਹੀ ਨਾ ਵੀ ਮੈਂ ਕਿਹੜੇ ਖਾਤੇ ਚੋਂ ਤਨਖਾਹ ਲੈਂਦਾ ਸੀ ਜਾਂ ਕਿਹੜੇ ਖਾਤੇ ਚੋਂ ਕਿਸੇ ਤੋਂ ਮੈਂ ਪੈਸੇ ਲਈ ਆ ਮੈਨੂੰ ਕਿਸੇ ਕੰਜਰ ਨੇ ਮੇਰੇ ਇਲੈਕਸ਼ਨ ਲੜਨ ਵੇਲੇ ਕੋਈ 5-10 ਲੱਖ ਰੁਪਏ ਪਾਰਟੀ ਵੱਲੋਂ ਫੰਡ ਭੇਜਾ ਹੋਵੇ ਕੋਈ 200 ਝੰਡਾ ਹੀ ਭੇਜਤਾ ਹੋਵੇ ਪਾਰਟੀ ਵੱਲੋਂ ਮਤਲਬ ਇਸਕਾ ਵਫਾ ਕਿਉਂ ਨਹੀਂ ਹੋਇਆ ਫਿਰ ਇਹ ਵਫਾ ਤਾਂ ਕਿਸਮਤ ਦੀਆਂ ਗੱਲਾਂ ਹੈ ਇਹ 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 ਕੋਈ ਮੈਨੂੰ ਮੈਨੂੰ ਕੋਈ ਗਿਲਾ ਨਹੀਂ ਹੈ ਵੀ ਮੇਰਾ ਕੁਝ ਬਣਿਆ ਕਿ ਨਹੀਂ ਬਣਿਆ ਇਹ ਨਹੀਂ ਹੈ ਮੈਨੂੰ ਦਰਦ ਸਭ ਤੋਂ ਵੱਡਾ ਇਹ ਹੋ ਰਿਹਾ ਕਿ ਪਾਰਟੀ ਬਹੁਤ ਮਰ ਰਹੀ ਹੈ ਔਰ ਜਿਹੜੀ ਪਾਰਟੀ ਐਨੇ ਲੋਕਾਂ ਨੇ ਸ਼ਹੀਦੀਆਂ ਦੇ ਕੇ ਖੂਨ ਡੋਲ ਕੇ ਜਿਹੜੀ ਆ ਬਣਾਈ ਐ ਅੱਜ ਯਾਰ ਅਸੀਂ ਕੱਲੇ ਰਿਸ਼ਤੇਦਾਰਾਂ ਚ ਤੇ ਆਪਸ ਹੀ ਉਲਝਾ ਕੇ ਹੀ ਉਹਨੂੰ ਪਾਰਟੀ ਨੂੰ ਮਾਰੀ ਜਾਂਦੇ ਆ ਅਸੀਂ ਜਿਹੜੇ ਜਿਹੜੇ ਤੁਹਾਡੇ ਬਰਾੜ ਸਾਹਿਬ ਸੋਹ ਰਹਾ ਨਾ ਅੱਜ ਜਾਂ ਜਿਹੜੀ ਚਿੱਠੀ ਦੇ ਜਿਹੜੇ ਅਲਫਾਜ਼ ਸੀ ਉਹਨਾਂ ਨੂੰ ਵੇਖ ਕੇ ਲੱਗਦਾ ਹੈ ਕਿ ਤਖਤੀ ਤੁਕਤੀ ਤੁਹਾਡੀ ਟੁੱਟ ਗਈ ਐ ਦਫ਼ਤਰ ਦੇ ਵਿੱਚ ਪਲੇਟ ਤੁਹਾਡੀ ਪਟਦੀ ਐ ਤੇ ਉੱਥੇ ਲੱਗਦਾ ਹੈ ਕਿ ਛੇਤੀ ਤੁਹਾਨੂੰ ਉਸਦਾ ਕੋਈ ਕੱਢਣ ਦਾ ਵੀ ਫੈਸਲਾ ਹੋ ਜਾਏ ਤੇ ਚਰਨਜੀਤ ਬਰਾੜ ਫਿਰ ਕਿਉਂ ਨਹੀਂ ਤੁਹਾਨੂੰ ਲੱਗਦਾ ਹੈ ਕਿ ਵੀ ਅਸਤੀਫਾ ਦੇ ਦਿਓ ਫਿਰ ਜੋ ਤੁਹਾਡੇ ਇੰਨਾ ਤਰਾਜ ਤਸਤੀਫਾ ਦੇ ਕਿਉਂ ਨਹੀਂ ਪਾਸ ਹੋਇਆ ਦੋ ਦੂ ਪਲਾਂ ਤੁਹਾਡੇ ਕਾਰ ਵੀ ਮੈਂ ਆਖਰੀ ਮਿੰਟ ਤੱਕ ਹਰ ਅਕਾਲੀ ਲੀਡਰ ਦਾ ਜਿਹੜਾ ਪਾਰਟੀ ਨੂੰ ਬਚਾਉਣ ਲਈ ਕੋਈ ਕੋਸ਼ਿਸ਼ ਕਰ ਸਕਦਾ ਮੈਂ ਹਰੇਕ ਦਾ ਬੂਹਾ ਖੜਕਾਉਂਗਾ ਕੋਈ ਭੱਜ ਜਾਣਾ ਕੋਈ ਮੈਨੂੰ ਥੋੜਾ ਕੋਈ ਮੈਨੂੰ ਇਹ ਹੈਗਾ ਵੀ ਮੈਂ ਅਸਤੀਫਾ ਦੇ ਦਿਆਂ ਜਾਂ ਮੈਨੂੰ ਕੱਢ ਦੇਣਗੇ ਫਿਰ ਕੀ ਹੋ ਗਿਆ ਇਹ ਇਹ ਆਪਦੇ ਕਾਗਜ਼ਾਂ 'ਚ ਕੱਢ ਸਕਦੇ ਆ ਮੈਂ ਸ਼ਰੂਮਣੀ ਕਾਲੀਦਲ ਦੇ ਹਰੇਕ ਵਰਕਿੰਗ ਕਮੇਟੀ ਮੈਂਬਰ ਕੋਲੇ ਘਰੇ ਜਾਊਂਗਾ ਕਿ ਵੀ ਦੱਸੋ ਜੀ ਮੇਰੇ ਸੁਝਾਅ ਦੇਣਾ ਗੁਨਾਹ ਹੈ ਮੈਂ ਹਰੇਕ ਡੈਲੀਗੇਟ ਕੋਲੇ ਜਾਊਂਗਾ ਕਿ ਮੇਰੇ ਸੁਝਾਅ ਦੇਣਾ ਸੁਝਾਅ ਦੇਣਾ ਗੁਨਾਹ ਹੈ ਪਾਰਟੀ ਦਾ ਹੀ ਸਰੋਂਗੇ ਕਿ ਛੱਡੋਂਗੇ ਮੈਂ 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 ਫੜੇ ਵੇਖਦਾ ਇਹਨਾਂ ਨੇ ਕੀ ਕਰਦੇ ਆ ਇਹ ਇਹ ਜੇ ਤਾਂ ਇਹ ਇਹ ਕੀ ਕਰਦੇ ਆ ਕਿਉਂਕਿ ਜਿਹੜੀ ਗੱਲ ਮੈਂ ਕੋਰ ਕਮੇਟੀ ਦੀ ਸੁਣੀ ਐ ਤੇ ਪੱਗ ਅਜੇ ਵੀ ਨੀਲੀ ਆ ਦੇ ਪੱਗ ਤਾਂ ਕਿਸੇ ਦੀ ਕੋਈ ਬਹਿ ਥੋੜੀ ਕਰਾਈ ਆ ਸਾਡੇ ਜੱਦੀ ਪੁਸ਼ਤੀ ਪਰਿਵਾਰਕ ਤੌਰ ਤੇ ਜੁੜੇ ਹੋਏ ਆ ਇਹ ਇਹ ਇੱਥੋਂ ਜੁੜੇ ਆ ਮੈਂ ਤੁਹਾਨੂੰ ਨਪਿੰਦਰ ਇੱਕ ਹੋਰ ਗੱਲ ਦੱਸ ਦਿੰਦਾ ਜਦੋਂ ਮੈਂ ਮਨਪ੍ਰੀਤ ਨਾਲ ਮੇਰਾ ਦੁਫੇੜ ਪਿਆ ਤੇ ਮਨਪ੍ਰੀਤ ਨੂੰ ਛੱਡਿਆ ਤਾਂ ਕਾਂਗਰਸ ਪਾਰਟੀ ਮੈਨੂੰ ਮੋੜਾਂ ਤੋਂ ਟਿਕਟ ਦਿੰਦੀ ਸੀ ਔਰ 120 ਬੱਸਾਂ ਭਰ ਕੇ ਲਗਿਆ ਸੀ ਮੈਂ ਖੜਕਲ ਕਲਾਂ ਦੀ ਰੈਲੀ ਚ ਮੋੜਾਂ ਤੋਂ ਤੇ ਕਿਉਂ ਨਹੀਂ ਲਈ ਕਹਿੰਦੇ 7 ਮਹੀਨੇ ਪਹਿਲਾਂ ਕਾਂਗਰਸ ਦੇ ਇਤਿਹਾਸ ਚ ਨਹੀਂ ਹੋਇਆ ਲਿਖਤੀ ਤੈਨੂੰ ਟਿਕਟ ਮੰਗਾਦ ਨੇ ਤੇ ਤੂੰ ਕਾਂਗਰਸ ਤੋਂ ਲੜ ਲਾ ਤੇ ਮੈਂ ਕਿਹਾ ਯਾਰ ਤੁਸੀਂ ਤੇ ਅਕਾਲ ਤਖਤ ਸਾਹਿਬ ਢਾਉਣ ਵਾਲੇ ਮੈਂ ਤੁਹਾਡੇ ਨਾਲ ਕਿਵੇਂ ਆ ਸਕਦਾ ਇਸ ਕਰਕੇ ਨਾ ਮੈਨੂੰ ਕੋਈ ਐਮਐਲਏ ਦੀ ਟਿਕਟ ਦਾ ਬਹੁਤ ਹੈ ਇਹ ਹਾਂ ਜਿਹੜੀ ਪਾਰਟੀ ਚ ਬੈਠਾ ਸੀ ਸੀਗਾ ਵੀ ਜੇ ਮੈਂ ਪੋਲਿਟਿਕਸ ਕਰਨੀ ਤੇ ਲੜਨਾ ਹੈ ਯਾਰ ਕਿਉਂ ਨਹੀਂ ਲੜਨਾ ਇਹ ਵਕਰੀ ਗੱਲ ਹੈ ਪਰ ਜਿਹੜੀ ਜੇ ਮੈਂ ਉਦੋਂ ਜਿਹੜਾ ਸੀਗਾ ਉਸ ਪਾਸੇ ਨੂੰ ਨਹੀਂ ਤੁਰਿਆ ਤੇ ਫਿਰ ਪੱਗਾਂ ਕੋਈ ਐ ਥੋੜਾ ਵੀ ਅੱਜ ਬਦਲਦੀਆਂ ਇਸ ਕਰਕੇ ਆਖਰੀ ਆਖਰੀ ਸੁਨੇਹਾ ਪਾਰਟੀ ਪ੍ਰਧਾਨ ਨੂੰ ਕੋਈ ਦੇਣਾ ਚਾਹੂੰ ਮੈਂ ਪਾਰਟੀ ਪ੍ਰਧਾਨ ਸਾਹਿਬ ਨੂੰ ਹਲੇ ਵੀ ਹੱਥ ਬੰਨ ਕੇ ਬੇਨਤੀ ਕਰਦਾ ਕਿ ਮੈਂ ਜਜ਼ਬਾਤੀ ਤੌਰ ਤੇ ਬਾਦਲ ਪਰਿਵਾਰ ਨਾਲ ਜੁੜਿਆ ਹੋਇਆ ਹਲੇ ਵੀ ਜੁੜਿਆ ਹੋਇਆ ਅੱਜ ਵੀ ਜੇ ਮੇਰੇ ਡ੍ਰੈਇੰਗ ਰੂਮ 'ਚ ਜਾऊं ਤੇ ਮੇਰੇ بیٹے ਦੀ ਤੇ ਸੁਖਵੀਰ ਸਿੰਘ ਬਾਦਲ ਦੀ 3 ਫੁੱਟ ਪਾਏ 4.5 ਫੁੱਟ ਦੀ ਫੋਟੋ ਲੱਗੀ ਆ ਮਤਲਬ ਇਹਨਾਂ ਨੇ ਤਾਂ ਤਖਤੀ ਤੋੜਤੀ ਮੇਥੋਂ ਡ੍ਰੈਇੰਗ ਰੂਮ ਵਾਲੀ ਹਲੇ ਲੱਥੀ ਨਹੀਂ ਮਤਲਬ ਮੈਂ ਜਜ਼ਬਾਤੀ ਤੌਰ ਤੇ ਬਾਦਲ ਪਰਿਵਾਰ ਨਾਲ ਜੁੜਿਆ ਹਾਂ ਜੇ ਮੈਂ ਮਨਪ੍ਰੀਤ ਸਿੰਘ ਨਾਲ ਡਿਫਰੈਂਸਸ ਆ ਗਏ ਸੀ ਅੱਜ ਤਿੱਕਰ ਮੈਂ ਸਾਹਿਬ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜਜ਼ਾਤੀ ਕਦੇ ਕੋਈ ਸ਼ਬਦ ਨਹੀਂ ਕਾਲਿਆ ਸੀਗਾ ਅੱਜ ਵੀ ਬਾਦਲ ਪਰਿਵਾਰ ਦੇ ਖਿਲਾਫ ਵੀ ਨਹੀਂ ਹੁਣ ਵੀ ਨਹੀਂ ਕਾਲੂਗਾ ਬਹੁਤ ਕੁਸ਼ਾ ਕੋਲੇ ਕੰਮ ਕਰਦਿਆਂ ਤੋਂ ਜਿੱਥੇ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ ਤੋਂ ਕਿਹੜਾ ਨਹੀਂ ਹੁੰਦੀਆਂ ਪਰ ਜਿਹੜਾ ਸੀਗਾ ਆਪਣੱਤ ਜਿਹੜੀ ਸੀ ਉਹਦੇ 'ਚ ਕਿਤੇ ਨਾ ਕਿਤੇ ਫਰਕ ਆ ਰਿਹਾ ਜਦੋਂ ਆਪਣਾਤ ਜਿੱਥੇ ਆਪਣਾਤ ਘਟ ਜੇ ਫਿਰ ਉੱਥੇ ਤਾਂ ਫਿਰ ਉਦੋਂ ਬਾਅਦ ਪਤਾ ਨਹੀਂ ਕੀ ਬਣਦਾ ਤੇ ਜਜ਼ਬਾਤੀ ਤੌਰ ਤੇ ਪਾਰਟੀ ਨਾਲ ਜੁੜਿਆ ਸੀ ਨਹੀਂ ਤਾਂ ਫਿਰ ਟਿਕਟਾਂ ਤਾਂ ਜੇ ਐਮਐਲਏ ਬਣਨ ਦਾ ਤਾਂ ਫਿਰ ਮੈਂ ਨਾਲੇ ਤਾਂ 2012 ਦੇ ਵਿੱਚ ਸਰਕਾਰ ਕਾਂਗਰਸ ਦੀ ਬਣਦੀ ਕਿਉਂਕਿ ਉਦੋਂ ਜਿਹੜੀ ਇੰਡੀਪੈਂਡੈਂਟ ਵਾਲੀ ਖੇਲ ਖੇਡਲੀ ਸੀ ਨਾ ਉਹ ਸਾਰੀ ਮੈਂ ਹੀ ਖੇਡੀ ਸੀ ਤੇ ਨਾਲੇ ਮੈਂ ਐਮਐਲਏ ਬਣ ਕੇ ਕੀਤੇ ਸੀ ਆਜ਼ਾਦ ਮੀਤਰਾ ਖੜੇ ਕੀਤੇ ਸੀ 23 ਐਮਐਲਏ ਸੀ ਆਜ਼ਾਦ ਖੜੇ ਕੀਤੇ ਸੀ ਮੈਂ ਅੱਜ ਹੋਣ ਕਰਦੇ ਕਿ ਇਸ ਖੜੇ ਕੀਤੇ ਸੀਗੇ ਔਰ 76 ਭੱਜ ਗਏ ਸੀ ਤੇ 17 ਉਹਨਾਂ ਚੋਂ ਜਿਹੜੇ ਖੜੇ ਰਹਿ ਗਏ ਸੀ ਉਹਨਾਂ 17 ਚੋਂ ਵੀ 14 ਮੇਰੇ ਖੜੇ ਕੀਤੇ ਹੋਏ ਸੀ ਇਸ ਕਰਕੇ ਗੱਲਾਂ ਬਾਹਰ ਕਰਨੀਆਂ ਜਿਹੜੀਆਂ ਹੈਗੀਆਂ ਉਹ ਆਪ ਦਾ ਢਿੱਡ ਚੱਕੇ ਤੇ ਨੰਗਾ ਹੋਣ ਵਾਲੀ ਗੱਲ ਹੈ ਮੈਂ ਤਾਂ ਕਹਣਾ ਕਿ ਜੇ ਮੈਂ ਮੋੜਾਂ ਤੋਂ ਐਕਸੈਪਟ ਕੀਤੀ ਹੁੰਦੀ ਕਾਂਗਰਸ ਦੀ ਟਿਕਟ ਤੇ ਫਿਰ ਮੈਂ ਮੈਂ ਐਮਐਲਏ ਹੁੰਦਾ ਤੇ ਸਰਕਾਰ ਕਾਂਗਰਸ ਦੀ ਹੁੰਦੀ ਤੇ ਜੇ ਉਹ ਉਹ ਮੈਂ ਲੜਾਈ ਲੜੀ ਤੇ ਸਰਕਾਰ ਰੀਪੀਟ ਕਰਾ ਕੇ ਦਿੱਤੀ ਇਹ ਵੱਖਰੀ ਗੱਲ ਹੈ ਕਿ ਉਸ ਦਾ ਮੁੱਲ ਪਿਆ ਕਿ ਨਹੀਂ ਪਿਆ ਚਲੋ ਖਰ ਮੈਨੂੰ ਪਾਰਟੀ ਨੇ ਮਾਨ ਸਤਕਾਰ ਬਹੁਤ ਦੇ ਕੇ ਰੱਖਿਆ ਅੱਛਾ ਤੁਹਾਡਾ ਡਾਇਵਰਟ ਹੋ ਗਿਆ ਸੁਨੇਹਦ ਗੱਲ ਹੋ ਰਹੀ ਸੀ ਕੀ ਇਹ ਇਹ ਤਾਂ ਮਤਲਬ ਕਿਤਾਬਾਂ ਲਿਖਣ ਵਾਲੀਆਂ ਗੱਲਾਂ ਕਦੇ ਲਿਖਾਂਗੇ ਬੁੱਢੇ ਹੋਏ ਜੇ ਕਿਤੇ ਫਰਸਤ ਮਿਲੀ ਤੇ ਰੱਬ ਨੇ ਸਰੀਰ ਤੰਦਰੁਸਤ ਰੱਖਿਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਨਾ ਮੈਂ ਜਾਤੀ ਤੌਰ ਤੇ ਤੁਹਾਡੇ ਖਿਲਾਫ ਹਾਂ ਮੇਰੀ ਪਾਰਟੀ ਨੂੰ ਬਚਾਉਣ ਲਈ ਜਿਹੜੀ ਮੈਂ ਸਲਾਹ ਦਿੱਤੀ ਆ ਮੇਰੀ ਕੋਈ ਜ਼ਰੂਰੀ ਨਹੀਂ ਵੀ ਮੇਰੀ ਹੀ ਮੰਨ ਲਓ ਕੋਈ ਹੋਰ ਕਰ ਲਓ ਕੋਈ ਪ੍ਰਜੀਡੀਅਮ ਨਹੀਂ ਬਣਾਉਣਾ ਕੋਈ 7 ਮੈਂਬਰੀ ਬਣਾ ਲਓ 7 ਮੈਂਬਰੀ ਨਹੀਂ ਬਣਾਉਣੀ ਕੋਈ ਬੀਬਾ ਜੀ ਨੂੰ ਹੀ ਬਣਾ ਲਓ ਪ੍ਰਧਾਨ ਜੀ ਤੁਹਾਨੂੰ ਇੱਕ ਵਾਰੀ ਯਾਰ ਚੇਂਜ ਤਾਂ ਕਰ ਲਓ ਕੀ ਆ ਇੱਥੋਂ ਉੱਠ ਕੇ ਉੱਥੇ ਬੈਠਣ ਨਾਲ ਫਰਕ ਕੀ ਪੈ ਜੇ ਇਸ ਕਰਕੇ ਮੇਰੀ ਤਾਂ ਬੇਨਤੀ ਆ ਕਿ ਸਾਨੂੰ ਕੁਝ ਨਾ ਕੁਝ ਪਾਰਟੀ ਦੇ ਸੁਧਾਰਨ ਲਈ ਤੁਰਨਾ ਪੈਣਾ ਵਰਨਾ ਜਿਵੇਂ ਜਿਵੇਂ ਕੱਢੀ ਜਾਉਂਗੇ ਇਹ ਨਾ ਹੋਵੇ ਵੀ ਕੱਢਣ ਵਾਲੇ ਬਾਹਲੇ ਦੂਸਰੇ ਪਾਸੇ ਇਕੱਠੇ ਹੋ ਜਾਣ ਫਿਰ ਕੰਮ ਔਖਾ ਹੋ ਜਾਣਾ ਇਸਕ